स्वागत। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट हरजीत भास्कर जी और इंद्रप्रीत जी, दोनों नूं जी आया। बहुत बहुत शुक्रिया रंधावा जी। सारे सत श्रीकाल जी। पंजाबी ओ मर गया दा मरसिया ना पढ़िए, मर गई व्यवस्था दा मरसिया पढ़िए। जेल च दो व्यक्ति भावें ओ गैंगस्टर सीगे कतल करते गए, जेल किहदा जिम्मा है? सब तो सुरक्षित जेल ही मनी जाती है। हो सकता किसी नूं खुशी हुई होवे कि सिद्धू मूसेवाले वर्गे वड्डे कलाकार दे कातल मारे गए। मैनूं याद है सिद्धू मूसेवाले दे पेरेंट्स वल्लों शुरू च गल कीती गई सी कि काश साडा पुत जेल च ही हुंदा, उहदे खिलाफ कई परचे सी, जे उह जेल च ही हुंदा शायद बच जांदा। हुण जेलां दे विच जे जिम्मेवारी कौन ओटूगा? कि कानून व्यवस्था दे नजरियों स्टेट दी कोई जवाबदेही बणूगी? कोई सवाल पुछूगा? कोई विरोधी जिउंदा है? ये सवाल लोग पूछण लग गए। दूजा सवाल, गवर्नर पंजाब बनवारी लाल पुरोहित ते मुख्यमंत्री दे विच टसल नवीं नहीं पुरानी है, हुण ये सिखर ते है। सरकार सुप्रीम कोर्ट च जा रही, लेकिन ये संबंधी पहला ट्वीट राघव चड्ढा कर रहे। फिर इन्हू समझण दे विच एक एंगल तो बनता है कि की ये लड़ाई बनवारी लाल पुरोहित बनाम भगवंत मान सी, जां ये लड़ाई केंद्र बनाम केजरीवाल सी? राघव चड्ढा मुख्यमंत्री तो पहला जे ये जानकारी दे दिंदे आ कि असीं सुप्रीम कोर्ट च जा रहे हां, इहदा मतलब भगवंत मान दा पहला ट्वीट कि मैं 3 करोड़ पंजाबियां दा है, ये भी दिल्ली दी टीम ने कीता सी। ते अगली चिट्ठी भी भगवंत मान नूं आपां सुरखरू रख लईए, इहदे च इह भगवंत मान दस सकदे आ, सानूं पक्का यकीन है, ना अज तक किसे ने दस्या ना दसना, पर अर्थ कढ़ने बणदे आ। ਤੁਸੀਂ ਅਸੀਂ ਸਾਰੇ ਇੰਨੇ ਜੋਗੇ ਹੀ ਤਾਂ ਹੈ। ਤੀਜਾ ਮਾਮਲਾ, ਮਨੀਸ਼ ਸਿਸੋਦੀਆ, ਕਾਂਗਰਸ ਚੁੱਪ ਧਾਰ ਗਈ, ਅਰੈਸਟ ਹੋ ਗਈ, ਕਾਂਗਰਸ ਚੁੱਪ ਕਿਉਂ ਧਾਰ ਗਈ? ਵਿਰੋਧੀ ਧਿਰਾਂ ਦੇ ਕਾਫੀ ਲੋਕ ਇਦਾਂ ਨੂੰ ਕੰਡੈਮ ਕਰਦੇ ਆ ਤਾਂ ਖੰਡਨ ਕਰਦੇ ਆ, ਪਰ ਮਨੀਸ਼ ਸਿਸੋਦੀਆ ਦੇ ਮਾਮਲੇ 'ਚ ਜਿਹੜੇ ਤੱਥ ਉਜਾਗਰ ਹੋ ਰਹੇ ਉਹਨਾਂ ਨਾਲ ਤੁਹਾਡੀ ਸਾਂਝ ਪਾਉਂਦੇ। ਆਖਿਰ ਦੋਸ਼ ਕੀ ਨੇ? ਕਿੰਨੀ ਕੁ ਵਾਰੀ ਫੋਨ ਬਦਲੇ ਗਏ? ਕਿਉਂ ਬਦਲੇ ਗਏ? ਅਸੀਂ ਕੱਟੜ ਇਮਾਨਦਾਰ ਹੈ, ਟਰਾਂਸਪੇਰੈਂਸੀ ਕਿਉਂ ਨਹੀਂ? ਓਲਾ ਕਿਉਂ? ਸੀਬੀਆਈ ਜਾਂ ਈਡੀ? ਕਿਉਂਕਿ ਹਿਰਾਸਤ ਸੀਬੀ ਦੀ ਹੈ, ਸੀਬੀਆਈ ਦੀ ਹੈ, ਔਰ ਈਡੀ ਸਮਾਨ ਅੰਤਰੇ ਦੇ ਉੱਤੇ ਕੰਮ ਕਰ ਰਹੀ ਹੈ। ਕੱਲ ਨੂੰ ਟ੍ਰਾਇਲ ਵਿੱਚ ਇਹਨਾਂ ਚੀਜ਼ਾਂ ਨੂੰ ਪੁਖਤਗੀ ਨਾਲ ਪੇਸ਼ ਕਰ ਪਾਉਂਦੀ ਹੈ ਜਾਂ ਇਹਨੂੰ ਸਾਬਤ ਕਰ ਪਾਉਂਦੀ ਹੈ, ਅਲੱਗ ਇਸ਼ੂ ਹੈ, ਪਰ ਦੋਸ਼ਾਂ ਦਾ ਜਵਾਬ ਦੇਣਾ ਤਾਂ ਬਣਦਾ ਹੈ। ਭੱਜਣਾ, ਪਹਿਲਾਂ ਹੀ ਕਹਿਣਾ ਕਿ ਸਾਡੀ ਗ੍ਰਿਫਤਾਰੀ ਹੋ ਜੂ, ਦੋਵੇਂ ਧਿਰਾਂ ਸੱਤਾ ਦੇ ਟਕਰਾਅ ਦੋਨੇ ਹੀ ਕਟਹਿਰੇ 'ਚ ਆ, ਖੈਰ ਇਹਦੇ ਉੱਤੇ ਜ਼ਰੂਰ ਚੱਲਾਂਗੇ। ਸਾਡੀ ਇੱਕ ਯੂਨੀਵਰਸਿਟੀ ਦੇ ਵਿੱਚ ਦੋ ਨਿਯੁਕਤੀਆਂ ਨੂੰ ਲੈ ਕੇ ਬਤੌਰ ਕੰਸਲਟੈਂਟ ਬੜਾ ਸੋਸ਼ਲ ਮੀਡੀਆ ਮੱਚਿਆ ਪਿਆ, ਇਹਦੀ ਗੱਲ ਵੀ ਕਰਾਂਗੇ। ਬਹਿਬਲ ਮੋਰਚਾ 14 ਮਹੀਨਿਆਂ ਬਾਅਦ ਉੱਠ ਜਾਊਗਾ, ਫਾਈਨਲ ਕਾਲ ਆ ਗਈ, ਪਰ ਕੀ ਕੌਮੀ ਇਨਸਾਫ਼ ਮੋਰਚਾ ਜਿਹੜਾ ਮੋਹਾਲੀ 'ਚ ਲੱਗਿਆ ਉਹ ਵੀ ਅੱਜ ਉੱਠ ਜਾਊਗਾ? ਇਹ ਲੱਖ ਟੱਕੇ ਦਾ ਸਵਾਲ ਆ, ਇਹਦੇ 'ਤੇ ਵੀ ਚਰਚਾ ਕਰਦੇ ਹਾਂ। ਅਤੇ ਆਖਰ ਦੇ ਵਿੱਚ ਅਸੀਂ ਜਾਵਾਂਗੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਐ ਉੱਡ ਕੇ ਵੱਧ ਗਈ, ਅਗਲੇ ਦਿਨਾਂ ਦੇ ਵਿੱਚ ਬੜਾ ਭਾਰ ਪੈਣਾ। ਸਰਾਂ ਸਾਹਿਬ ਤਗੜੇ ਹੋ ਜਾਓ, ਮੋਢਿਆਂ ਨੂੰ ਮਾਲਿਸ਼ ਮੋਲਿਸ਼ ਕਰਾ ਲਓ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਆਪਾਂ ਸਭ ਤੋਂ ਅਹਿਮ ਦੋ ਖਬਰਾਂ ਵੱਲ ਜਾਣਾ ਹੈ। ਇੱਕ ਤਾਂ ਹੈ ਗਵਰਨਰ ਬਨਾਮ ਮੁੱਖ ਮੰਤਰੀ, ਬਨਾਮ ਕੇਜਰੀਵਾਲ, ਬਨਾਮ ਰਾਘਵ ਚੱਡਾ, ਤੇ ਹੁਣ ਸੁਪਰੀਮ ਕੋਰਟ। ਤੇ ਦੂਜੀ ਖਬਰ, ਜੇਲ੍ਹ ਦੇ ਵਿੱਚ ਸੁਰੱਖਿਅਤ ਕੋਈ ਕਿਉਂ ਨਹੀਂ, ਸਟੇਟ ਕਿੱਥੇ ਚਲੇਗੀ? ਲੇਕਿਨ ਉਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਤੇ ਜਿਹੜੇ ਇਲਜ਼ਾਮ ਲੱਗੇ ਆ, ਜਿਹੜੇ ਇਨਵੈਸਟੀਗੇਸ਼ਨ ਦਾ ਵਿਸ਼ਾ ਨੇ, ਜਿਨ੍ਹਾਂ ਤੇ ਸਵਾਲ ਜਵਾਬ ਹੋ ਰਹੇ ਆ, ਜੇ ਘੱਟੋ ਘੱਟ ਉਹਦੀ ਕੋਈ ਫਹਿਰਿਸਤ ਆ ਤੇ ਉਹ ਸਿੱਧਿਓ ਟੂ ਦਾ ਪੁਆਇੰਟ ਗਿਣਾਓ ਜ਼ਰਾ, ਫਿਰ ਇਹਦੇ ਉੱਤੇ ਚਰਚਾ ਵੱਲ ਵੱਧਦੇ। ਰੰਧਾਵਾ ਸਾਹਿਬ, ਐਕਚੁਅਲੀ ਜਿਹੜੀ ਇਹ ਐਕਸਾਈਜ਼ ਪਾਲਿਸੀ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ, ਉਹਦੇ 'ਚ ਜਿਹੜੀ ਕਮੀ ਪੇਸ਼ੀਆਂ ਹੈਗੀਆਂ ਨੇ ਉਹਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ, ਉਹਦੇ 'ਚ ਮਨੀਸ਼ ਸਿਸੋਦੀਆ ਦਾ ਕੀ ਰੋਲ ਹੈ ਉਹ ਆਏਗਾ। ਜਿਹੜਾ ਸੀਬੀਆਈ ਨੇ ਕੱਲ ਉਹਨਾਂ ਨੂੰ ਬੁਲਾਇਆ ਔਰ 8 ਘੰਟੇ ਗ੍ਰਿਲ ਕੀਤਾ, ਉਹਦੇ ਵਿੱਚ ਕਈ ਸਵਾਲ ਮਤਲਬ ਇਹੋ ਜਿਹੇ ਨੇ ਜਿਹੜੇ ਰਿਪੋਰਟ ਹੋਏ ਆ ਕਿ ਜਿਨ੍ਹਾਂ ਦੇ ਉਹ ਜਵਾਬ ਨਹੀਂ ਦੇ ਸਕੇ, ਉਹ ਸੀਗੇ ਕਿ ਪਹਿਲਾਂ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਇਹਦੇ ਵਿੱਚ ਕਿ ਇਹ ਜਿਹੜੀ ਪਾਲਿਸੀ ਬਣਾਉਣੀ ਸੀ ਉਹਦੇ ਲਈ ਇੱਕ ਕੈਬਨਿਟ ਸਬ ਕਮੇਟੀ ਬਣਾਈ ਸੀ ਜਿਸਨੇ ਇਹਨੂੰ ਅਪਰੂਵ ਕੀਤਾ ਸੀਗਾ, ਪਰ ਜਿਹੜੇ ਸਵਾਲ ਇਹਦੇ ਵਿੱਚ ਉਹ ਸੀਗੇ 12% ਹੋਲਸੇਲਰ ਨੂੰ ਲਾਭ ਦੇਣਾ। ਜਿਹੜਾ ਕੱਲ ਸੈਕਟਰੀ ਹੈਗਾ ਉਹਨਾਂ ਦਾ ਸੀ ਸ਼੍ਰੀਨਿਵਾਸਨ, ਉਹਨੇ ਮਤਲਬ ਕਿਹਾ ਹੈ ਸੀਬੀਆਈ ਨੂੰ ਕਿ ਵੀ ਇਹ ਫੈਸਲਾ ਕੈਬਨਿਟ ਸਬ ਕਮੇਟੀ ਚ ਨਹੀਂ ਹੋਇਆ ਸੀਗਾ। ਇਟ ਮੀਨਸ
ਜਿਹੜੇ ਬਾਕੀ ਦੇ ਮੰਤਰੀ ਨੇ ਉਹ ਤਾਂ ਇਸੇ ਕਰਕੇ ਬਰੀ ਹੋ ਗਏ। ਸਿਸੋਦੀਆ ਸਾਹਿਬ ਨੇ ਕਹਿੰਦਾ ਬਾਅਦ 'ਚ ਇਹ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਇੱਕ ਮੈਨੂੰ ਬੁਲਾਇਆ ਸੀ ਤੇ ਉਹਦੇ ਵਿੱਚ ਇਹ ਨੋਟ ਮੈਨੂੰ ਦਿੱਤਾ ਸੀ ਕਿ ਇਸ ਨੋਟ ਦੇ ਅਨੁਸਾਰ ਪਾਲਿਸੀ ਬਣਾਈ ਜਾਏ। ਉਹਦੇ 'ਚ ਜਿਹੜਾ 12% ਦੇਣ ਕਮਿਸ਼ਨ ਦੇਣ ਦਾ ਹੈਗਾ ਉਹਦੇ ਤੇ ਸਵਾਲ ਉੱਠ ਰਿਹਾ। CBI ਨੇ ਉਸ ਤੋਂ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ 6% ਉਹ ਸਰਕਾਰ ਨੂੰ ਆਉਣਾ ਸੀ ਔਰ 6% ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਜਾਣਾ ਸੀਗਾ। ਸੋ ਇੱਕ ਤਾਂ ਪਹਿਲਾਂ ਇਸ ਗੱਲ ਦਾ ਸਵਾਲ CBI ਨੇ ਉਹਨਾਂ ਤੋਂ ਮੰਗਿਆ ਜਿਹਦਾ ਉਹ ਸਹੀ ਸਹੀ ਜਵਾਬ ਉਹਨਾਂ ਨੇ ਨਹੀਂ ਦਿੱਤਾ, ਜੋ CBI ਦੇ ਆਫਿਸਰਸ ਕਲੇਮ ਕਰ ਰਹੇ ਆ। ਦੂਸਰਾ ਇਹ ਸੀਗਾ ਕਿ ਉਹਨਾਂ ਜਦੋਂ ਇਹ ਪਾਲਿਸੀ ਬਣਾਈ ਤਾਂ ਇਹ ਆਉਣ ਤੋਂ ਪਹਿਲਾਂ ਹੀ 100 ਕਰੋੜ ਰੁਪਇਆ ਦੱਖਣ ਦੀ ਜਿਹੜੀ ਲੌਬੀ ਹੈ ਉਹਨੇ ਦੇ ਦਿੱਤਾ ਸੀ। ਉਹ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਪਹਿਲਾਂ ਕਿਵੇਂ ਦੇ ਸਕਦੇ ਆ ਜਦੋਂ ਹਜੇ ਤੱਕ ਆਈ ਨਹੀਂ ਹੈ। ਤੀਸਰਾ ਇਹੀ ਸੀ ਵੀ ਉਹਨਾਂ ਦਾ ਸਵਾਲ ਸੀ ਵੀ ਪਾਲਿਸੀ ਹਜੇ ਤੁਸੀਂ ਅਪਰੂਵ ਹੀ ਨਹੀਂ ਕੀਤੀ ਹੈ ਤੇ ਉਹ ਪਾਲਿਸੀ ਸ਼ਰਾਬ ਦੀਆਂ ਕੰਪਨੀਆਂ ਕੋਲੇ ਕਿਵੇਂ ਪਹੁੰਚ ਗਈ। ਚੌਥਾ ਸੀਗਾ ਵੀ ਸ਼ਰਾਬ ਦੀ ਕੰਪਨੀਆਂ ਨੂੰ ਤੁਸੀਂ ਹੋਲਸੇਲਰ ਕਿਵੇਂ ਬਣਾਤਾ। ਇਹ ਇਸ ਤੋਂ ਇਲਾਵਾ ਇੱਕ ਸੀਗਾ ਜਿਹਦਾ ਉਹ ਜਵਾਬ ਨਹੀਂ ਦੇ ਸਕੇ, ਉਹ ਕਿਉਂਕਿ ਹਜੇ ਤੱਕ ਮਨੀਸ਼ ਸਿਸੋਦੀਆ ਵੱਲੋਂ ਕੋਈ ਮਤਲਬ ਹਜੇ ਜਵਾਬ ਨਹੀਂ ਆਇਆ, ਹਜੇ ਸਿਰਫ CBI ਵੱਲੋਂ ਜਵਾਬ ਆ ਰਹੇ ਹੈ। ਉਹਨਾਂ ਨੇ ਕਿਹਾ ਵੀ ਸਿਸੋਦੀਆ ਸਾਹਿਬ ਕੋਲੇ ਕਈ ਫੋਨ ਸੀਗੇ ਜੋ ਉਹਨੂੰ ਹਰ ਟਾਈਮ ਬਾਰ ਬਾਰ ਕਿਸੇ ਹੋਰ ਦੇ ਨਾਂ ਤੇ ਲੈ ਕੇ ਦਿੰਦੇ ਰਹੇ ਤੇ ਉਹ ਬਾਅਦ 'ਚ ਇੱਕ ਫੋਨ ਕਾਲ ਕਰ ਲਈ ਜਾਂ 2 ਫੋਨ ਕਾਲ ਕਰ ਲਈਆਂ, ਉਸ ਤੋਂ ਬਾਅਦ ਉਹ ਨਸ਼ਟ ਕਰ ਦਿੰਦੇ ਸੀ। ਇਹ ਫੋਨ ਇੰਨੇ ਕਿਉਂ ਲੈ ਕੇ ਦਿੱਤੇ ਗਏ ਇਹਦਾ ਵੀ CBI ਜਵਾਬ ਤਲਾਸ਼ ਰਹੀ ਹੈ, ਜੋ ਹਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ। ਇਸੇ ਕਰਕੇ 8 ਘੰਟੇ ਦੀ ਗ੍ਰਿਲਿੰਗ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਨਹੀਂ, ਕਸਟੋਡੀਅਲ ਡੈਥ ਸੋਰੀ ਕਸਟੋਡੀਅਲ ਹਿਰਾਸਤ 'ਚ ਲੈਣਾ ਪਏਗਾ ਤਾਂ ਹੀ ਇਹ ਸਾਨੂੰ ਜਵਾਬ ਇਹਦੇ ਮਿਲ ਸਕਣਗੇ। ਤਾਂ ਮੈਨੂੰ ਇਹ ਲੱਗਦਾ ਵੀ ਇਹ ਮੁਸ਼ਕਲਾਂ ਸਿਸੋਦੀਆ ਸਾਹਿਬ ਲਈ ਵੱਧ ਗਈਆਂ ਨੇ, ਕਿਉਂਕਿ ਜੇ ਇਹ ਗੱਲ ਐਸਟੈਬਲਿਸ਼ ਹੋ ਜਾਂਦੀ ਹੈ ਕਿ ਇਹ ਜਿਹੜੀ ਨੀਤੀ 12% ਦੇਣ ਦੀ ਅਰਵਿੰਦ ਕੇਜਰੀਵਾਲ ਦੇ ਹੋਰਾਂ ਦੇ ਘਰ ਬੈਠ ਕੇ ਬਣੀ ਹੈ, ਤਾਂ ਮੈਨੂੰ ਲੱਗਦਾ ਅਗਲੇ ਦਿਨਾਂ ਵਿੱਚ ਫਿਰ ਕੇਜਰੀਵਾਲ ਸਾਹਿਬ ਨੂੰ ਵੀ CBI ਜਿਹੜਾ ਹੈਗਾ ਉਹ ਪੁੱਛਤਾਛ ਲਈ ਬੁਲਾ ਸਕਦੀ ਹੈ। ਕਿਉਂਕਿ ਉਹਨਾਂ ਇਹਦਾ ਮਤਲਬ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਤਾਂ ਇੱਥੇ ਹੈ ਹੀ ਹੈ ਨਾ। ਬੇਸ਼ੱਕ ਉਹਨਾਂ ਕੋਲ ਕੋਈ ਡਿਪਾਰਟਮੈਂਟ ਨਹੀਂ ਹੈ, ਡਿਪਾਰਟਮੈਂਟ ਤੁਸੀਂ ਦੇਖੋ ਮੇਜਰ ਡਿਪਾਰਟਮੈਂਟ ਜਿਹੜੇ ਨੇ ਸਾਰੇ ਦੇ ਸਾਰੇ ਆਮ ਤੌਰ 'ਤੇ ਜਿਹੜੇ ਮੁੱਖ ਮੰਤਰੀ ਕੋਲ ਹੁੰਦੇ ਨੇ ਉਹ ਸਾਰੇ ਦੇ ਸਾਰੇ ਮਨੀਸ਼ ਸਿਸੋਦੀਆ ਕੋਲ ਹੈ। ਤਾਂ ਮੈਨੂੰ ਲੱਗਦਾ ਕਿ ਇਹ ਉਹਨਾਂ ਦੀ ਮੁਸ਼ਕਲਾਂ ਤਾਂ ਵਧਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਹੈਗੀ ਹੈ ਆਮ ਆਦਮੀ ਪਾਰਟੀ ਜਿਹੜੀ ਜਿਹਨੇ ਇੱਕ ਟੈਗ ਲਾਈਨ ਦਿੱਤੀ ਹੋਈ ਹੈ ਕਿ ਉਹ ਇੱਕ ਕੱਟੜ ਇਮਾਨਦਾਰ ਸਰਕਾਰ ਹੈ। ਤਾਂ ਔਰ ਅਗਰ ਇਸ ਤਰ੍ਹਾਂ ਦੇ ਕਰਪਸ਼ਨ ਮੁੱਦਾ ਐਸਟੈਬਲਿਸ਼ ਹੋ ਗਿਆ ਉਹਨਾਂ ਦੇ ਉੱਤੇ ਤਾਂ ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਜਿਹੜੀ ਇੱਕ ਟੈਗ ਲਾਈਨ ਹੈ ਉਹ ਵੀ ਕਿਤੇ ਨਾ ਕਿਤੇ ਉਸ ਤੇ ਵੀ ਦਾਗ ਲੱਗ ਜਾਏਗਾ, ਜਿਹਦੇ ਕਰਕੇ ਉਹ ਦੂਜੀਆਂ ਸਟੇਟਾਂ ਦੇ ਵਿੱਚ ਵੱਧ ਰਹੇ ਹੈ। ਜੀ, ਸਭ ਤੋਂ ਵੱਡਾ ਸਵਾਲ ਹੈ ਕਿ ਕੇਂਦਰ ਔਰ ਸਟੇਟ ਦੇ ਰਿਲੇਸ਼ਨਸ ਦੇ ਵਿੱਚ ਫੈਡਰਲ ਸਿਸਟਮ ਦੇ ਨਜ਼ਰੀਓਂ ਅਖਤਿਆਰਾਤ ਤੈਅ ਨੇ ਕਿ ਕੇਂਦਰ ਦੇ ਅਖਤਿਆਰ ਕੀ ਨੇ, ਸਟੇਟਾਂ ਦੇ ਅਖਤਿਆਰ ਕੀ ਨੇ, ਔਰ ਇੱਕ ਕੰਕਰਨ ਲਿਸਟ ਮੰਨੀ ਜਾਂਦੀ ਹੈ। ਸਭ ਨੂੰ ਪਤਾ ਹੁਣ ਤਾਂ ਖੇਤੀ ਕਾਨੂੰਨਾਂ ਤੋਂ ਬਾਅਦ ਸਾਡੇ ਪਿੰਡਾਂ ਵਾਲੇ ਆਮ ਹੀ ਕਹਿ ਦਿੰਦੇ ਵੀ ਇਹ ਤਾਂ ਇੱਦਾਂ ਦੇ, ਹੈ ਨਾ। ਪਰ ਇਹਦੇ 'ਚ ਸਵਾਲ ਇਹ ਹੈ ਕਿ ਨੀਤੀ ਬਣਾਉਣੀ ਸਟੇਟ ਦਾ ਹੱਕ ਹੈ, ਨੀਤੀ ਕੋਈ ਵੀ ਕੈਬਨਿਟ ਅਪਰੂਵ ਕਰਦੀ ਹੈ, ਇਹ ਸਵਾਲ ਕਿਸੇ ਦੂਜੀ ਹੋਰ ਬਹਿਸ ਦਾ ਕਾਰਨ ਹੀ ਨਹੀਂ ਹੋ ਸਕਦਾ। ਔਰ ਇਹੀ ਇੱਕ ਨੁਕਤਾ ਹੈ ਜਿਹਦੇ 'ਚ CBI ਔਰ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਜਾ ਰਿਹਾ ਕਿ ਤੁਸੀਂ ਸਟੇਟ ਗਵਰਨਮੈਂਟਸ ਦੇ ਵਿੱਚ ਦਖਲ ਕਿਉਂ ਦਿੰਦੇ ਹੋ ਸਵਾਲ ਨੀਤੀ ਬਣਾਉਣ ਨੂੰ ਲੈ ਕੇ। ਇੱਥੋਂ ਤੱਕ ਆਮ ਆਦਮੀ ਪਾਰਟੀ ਬਿਲਕੁਲ ਬਾ ਇੱਜ਼ਤ ਬਰੀ ਹੈ। ਉਸ ਤੋਂ ਬਾਅਦ ਜਿਹੜੇ ਅਗਲੇ ਸਵਾਲ ਉੱਠਦੇ ਆ ਕਿ ਕੀ ਕੋਈ ਸਟੇਟ ਨਾਲ ਜੁੜਿਆ ਵੱਡਾ ਅਫਸਰ ਜੇ ਕਹਿ ਰਿਹਾ ਕਿ ਇਹ ਤਾਂ ਕੈਬਨਿਟ 'ਚ ਅਪਰੂਵ ਨਹੀਂ ਹੋਈ, ਉਸ ਤੋਂ ਬਾਅਦ ਮੈਨੂੰ ਘਰ ਸੱਦਿਆ ਗਿਆ, ਉਸ ਤੋਂ ਬਾਅਦ ਇਹ ਚੀਜ਼ਾਂ ਕੀਤੀਆਂ ਗਈਆਂ, ਜੇ ਇਹਦੇ ਵਿੱਚ ਸ਼ਰਾਬ ਦੇ ਕਾਰੋਬਾਰੀ ਕੁਛ ਲੈਣ ਦੇਣ ਦੀ ਗੱਲ ਕਰ ਰਿਹਾ, ਜੇ ਇਹਦੇ 'ਚ ਸ਼ਰਾਬ ਦੇ ਕਾਰੋਬਾਰੀ ਕੁਝ ਹਿਰਾਸਤ ਵਿੱਚ ਹੈ। ਕਾਰੋਬਾਰੀ ਕਦੇ ਕਿਸੇ ਦਾ ਸੱਕਾ ਨਹੀਂ ਹੁੰਦਾ, ਉਹ ਪ੍ਰੋਫਿਟ ਦਾ ਹੈ, ਉਹ ਬਿਜ਼ਨਸ ਦਾ ਹੈ। ਜੇਕਰ ਸੱਚਮੁੱਚ ਆਮ ਆਦਮੀ ਪਾਰਟੀ ਨੇ ਕਿਤੇ ਇਹ ਗਲਤੀ ਕਰ ਲਈ ਜਾਣੇ ਅਣਜਾਣੇ 'ਚ, ਜੇ ਕਰ ਲਈ, ਮੈਂ ਜੇ ਕਹਿ ਰਿਹਾ ਵਿੱਚ, ਤਾਂ ਫਿਰ ਮੇਰੇ ਖਿਆਲ ਉਹ ਸਿਆਸੀ ਕੱਚ ਘਰੜਤਾ ਹੈ, ਅਨਾੜੀ ਪੁਣਾ ਹੈ। ਕਿਉਂਕਿ ਜਿਹੜੇ ਬਿਜ਼ਨਸ ਮਾਈਂਡਡ ਲੋਕ ਹੈ ਉਹਨਾਂ ਨੇ ਦਿੱਲੀ ਤੋਂ ਇਕੱਲੇ ਤੋਂ ਕੁਛ ਨਹੀਂ ਲੈਣਾ, ਉਹ ਕਈ ਸਟੇਟਾਂ ਤੱਕ ਨੇ, ਔਰ ਉਹਨਾਂ ਦੇ ਹਿੱਤ ਜੇ ਵੱਡੀ ਸਟੇਟ ਕੋਲ ਸੁਰੱਖਿਅਤ ਨੇ ਤੇ ਉਹ ਨਿੱਕੀ ਸਟੇਟ ਨੂੰ ਤਾਂ ਜਦੋਂ ਮਰਜ਼ੀ ਕਟਹਿਰੇ 'ਚ ਲੈ ਆਉਣਗੇ। ਇੰਝ ਲੱਗਦਾ ਭਾਵੇਂ ਅੱਜ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਊਗਾ ਆਮ ਆਦਮੀ ਪਾਰਟੀ ਦਾ, ਦਿੱਲੀ 'ਚ ਤਾਂ ਹੋ ਹੀ ਰਿਹਾ ਹੋਊਗਾ, ਪਰ ਇੱਥੇ ਸਵਾਲਾਂ ਦੇ ਜਵਾਬ ਦੇਣੇ ਬਹੁਤ ਲਾਜ਼ਮੀ ਨੇ, ਜਿਹੜੇ ਦੇਣੇ ਔਖੇ ਨੇ। ਸਤਿੰਦਰ ਜੈਨ ਮਹੀਨਿਆਂ ਤੋਂ ਜੇਲ੍ਹ 'ਚ ਨੇ, ਔਰ ਇਹਨਾਂ ਕੋਲ ਵੱਡੇ ਵਕੀਲ ਹੋਣ ਦੇ ਬਾਵਜੂਦ ਉਹ ਬਾਹਰ ਕਿਉਂ ਨਹੀਂ ਆ ਰਹੇ? ਕੇਂਦਰ ਨਾਲ ਟਕਰਾਅ ਕਾਫੀ
ਟੇਢਾ ਹੋ ਗਿਆ। ਭਾਸਕਰ ਸਾਹਿਬ ਤੁਸੀਂ ਕੁਝ ਇਹਦੇ ਤੱਥ ਇਕੱਠੇ ਕੀਤੇ ਹੋਣੇ, ਉੱਤੇ ਤੁਸੀਂ ਦਿਓ ਆਪਣੀ ਗੱਲ। ਜਿੱਥੇ ਤੱਕ ਮਨੀਸ਼ ਸਿਸੋਦੀਆ ਉਹਨਾਂ ਦੀ ਕੱਲ੍ਹ ਦੀ ਅਰੈਸਟ ਦੀ ਗੱਲ ਹੈਗੀ ਹੈ, 19 ਤਰੀਕ ਨੂੰ ਪਹਿਲੇ ਬੁਲਾਇਆ ਸੀਗਾ, ਔਰ ਇਹ ਗੱਲ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਚੱਲਦੀ ਪਈ ਸੀ ਕਿ ਮਨੀਸ਼ ਸਿਸੋਦੀਆ ਉਹਨਾਂ ਨੂੰ ਕਦੀ ਵੀ ਅਰੈਸਟ ਕੀਤਾ ਜਾ ਸਕਦਾ। ਇੱਕ ਹਫ਼ਤੇ ਦਾ ਟਾਈਮ ਮੰਗਿਆ, ਕੱਲ੍ਹ ਉਹ ਗਏ, 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਫਾਈਨਲੀ ਉਹਨਾਂ ਨੂੰ ਅਰੈਸਟ ਕਰ ਲਿਆ। ਅਰੈਸਟ ਵੀ ਕਿਸ ਕੇਸ ਦੇ ਵਿੱਚ ਕੀਤਾ ਹੈ? ਟੈਂਪਰਿੰਗ ਵਿਦ ਦੀ ਐਵੀਡੈਂਸਿਸ, ਕਿਉਂਕਿ ਅਰੈਸਟ ਦਾ ਰੀਜ਼ਨ ਸਿਰਫ ਇਹੀ ਦਿੱਤਾ ਹੈ ਕਿ ਟੈਂਪਰਿੰਗ ਕੀਤੀ ਹੈ ਇਹਨਾਂ ਨੇ ਐਵੀਡੈਂਸਿਸ ਦੇ ਨਾਲ, ਔਰ ਉਹਨਾਂ ਨੇ ਜਾਂਚ ਦੇ ਵਿੱਚ ਪੁੱਛਗਿੱਛ ਦੇ ਵਿੱਚ ਕੋਈ ਕੋਆਪਰੇਟ ਨਹੀਂ ਕੀਤਾ CBI ਦੇ ਆਫੀਸਰਸ ਦੇ ਨਾਲ। ਹੁਣ ਗੱਲ ਕਿੱਥੇ ਖੜੀ ਹੈ? ਅਰੈਸਟ ਹੋਣ ਤੋਂ ਬਾਅਦ ਔਰ ਅਰੈਸਟ ਹੋਣ ਤੋਂ ਪਹਿਲੇ ਦਾ ਸੀਨ, ਅਰੈਸਟ ਹੋਣ ਤੋਂ ਪਹਿਲੇ ਸਵੇਰੇ ਕੱਲ੍ਹ ਉਹ ਰਾਜਘਾਟ ਜਾਂਦੇ ਨੇ, ਰਾਜਘਾਟ ਤੋਂ ਬਾਅਦ ਆਪਣੇ ਵੱਡੀ ਸੰਖਿਆ ਦੇ ਵਿੱਚ ਸਮਰਥਕ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ CBI ਹੈੱਡਕੁਆਟਰ ਪਹੁੰਚਦੇ ਨੇ, ਭਾਵੇਂ 15 ਮਿੰਟ ਲੇਟ ਹੀ ਸੀਗੇ। ਸਾਊਥ ਲੌਬੀ ਦਾ ਜ਼ਿਕਰ ਹੁੰਦਾ ਹੈ, ਇਹ ਮੰਨਿਆ ਜਾਂਦਾ ਹੈ ਕਿ 5% ਤੋਂ ਵਧਾ ਕੇ ਜਿਹੜੀ 12% ਕਾਰੋਬਾਰੀਆਂ ਦੀ, ਸ਼ਰਾਬ ਦੇ ਥੋਕ ਕਾਰੋਬਾਰੀਆਂ ਦੀ ਜਿਹੜੀ ਕਮਿਸ਼ਨ ਕੀਤੀ ਸੀ, ਉਹਦੇ ਵਿੱਚੋਂ 6% ਅੰਦਰ ਖਾਤੇ ਆਮ ਆਦਮੀ ਪਾਰਟੀ ਨੂੰ ਵਾਪਸ ਦੇ ਦਿੱਤਾ ਗਿਆ। ਜੋ ਸਾਊਥ ਲੌਬੀ ਦਾ ਜਿਹੜਾ ਜ਼ਿਕਰ ਹੁੰਦਾ ਹੈ, ਉਹ ਸਾਊਥ ਲੌਬੀ ਇਹਦੇ ਵਿੱਚ ਕਾਫੀ ਇਨਫਲੂਐਂਸਿਵ ਹੁੰਦੀ ਹੈ। ਇਹ ਬਿਲਕੁਲ ਇੰਦਰਪ੍ਰੀਤ ਉਹਨਾਂ ਨੇ ਵੀ ਸਹੀ ਗੱਲ ਕੀਤੀ ਹੈ ਕਿ 18 ਦੇ ਕਰੀਬ ਇਸ ਤਰ੍ਹਾਂ ਦੇ ਫੋਨ ਆਈਡੈਂਟੀਫਾਈ ਹੋਏ ਜਿਹੜੇ ਮਨੀਸ਼ ਸਿਸੋਦੀਆ ਉਹਨਾਂ ਨੇ ਨਸ਼ਟ ਕਰਤੇ ਕੰਮ ਕਰਨ ਤੋਂ ਬਾਅਦ, ਗੱਲ ਕਰਨ ਤੋਂ ਬਾਅਦ। ਉਹਦੇ ਵਿੱਚ ਕਾਫੀ ਸਾਰੇ ਵਟਸਐਪ ਮੈਸੇਜਸ ਵੀ ਸੀਗੇ ਜਿਹੜੇ ਬਤੌਰ ਸਬੂਤ CBI ਇਕੱਠੇ ਕਰਨਾ ਚਾਹੁੰਦੀ ਸੀ। ਹੁਣ ਅੱਗੇ ਦੀ ਰਾਜਨੀਤੀ ਕੀ ਹੋ ਸਕਦੀ ਹੈ? ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਦਿੱਲੀ ਤੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰੇਗੀ, ਉਸ ਪ੍ਰਦਰਸ਼ਨ ਦੇ ਰਾਹੀਂ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਕੁਝ CBI ਨੇ ਕੀਤਾ ਹੈ ਜਾਂ ਕੇਂਦਰ ਸਰਕਾਰ ਨੇ ਕੀਤਾ ਹੈ ਉਹ ਆਪਣੇ ਆਪ ਵਿੱਚ ਡਰਟੀ ਪੋਲਿਟਿਕਸ ਹੈ, ਜਿਹਦਾ ਜ਼ਿਕਰ ਕੱਲ੍ਹ ਕੇਜਰੀਵਾਲ ਉਹਨਾਂ ਨੇ ਕਰ ਦਿੱਤਾ ਹੈ। ਹੁਣ ਇਸ ਪਰਸੈਪਸ਼ਨ ਨੂੰ ਲੋਕੀ ਕਿਸ ਤਰੀਕੇ ਨਾਲ ਲੈਂਦੇ ਨੇ, ਸਵਾਲ ਇੱਥੇ ਖੜਾ ਹੈ। ਫਿਲਹਾਲ ਮਨੀਸ਼ ਸਿਸੋਦੀਆ ਉਹਨਾਂ ਦੀ ਮੁਸ਼ਕਿਲਾਂ ਵੱਧ ਗਈ ਹੈ, ਕਿਉਂਕਿ ਕਾਫੀ ਸਾਰੇ ਸਬੂਤ ਉਹ ਮਿਲ ਗਏ ਨੇ। ਔਰ ਦਿਨੇਸ਼ ਅਰੋੜਾ ਜੋ ਕਦੀ ਮਨੀਸ਼ ਸਿਸੋਦੀਆ ਉਹਨਾਂ ਦੇ ਖਾਸ ਮੰਨੇ ਜਾਂਦੇ ਸੀ, ਉਹ ਹੁਣ ਸਰਕਾਰੀ ਗਵਾਹ ਬਣ ਗਏ ਨੇ, ਔਰ ਉਹਨਾਂ ਨੇ ਹੀ ਸਾਰੀ ਗੱਲਾਂ ਜਿਹੜੀ ਦੱਸੀ ਹੈ। ਔਰ ਆਰੋਪੀ ਨੰਬਰ 1 ਜਿਸ CBI ਦੀ ਚਾਰਜਸ਼ੀਟ ਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਨੂੰ ਬਣਾਇਆ ਸੀ, ਉਸ ਦੇ ਵਿੱਚ ਦਿਨੇਸ਼ ਅਰੋੜਾ ਵੀ ਇੱਕ ਆਰੋਪੀ ਸੀ। ਸਰਕਾਰੀ ਗਵਾਹ ਦੇ ਤੌਰ ਤੇ ਜੋ ਕੁਛ ਅੰਦਰ ਖਾਤੇ ਕਿਸੇ ਦੇ ਘਰ ਦੇ ਵਿੱਚ, ਕਿਸੇ ਦੇ ਹੋਟਲ ਦੇ ਵਿੱਚ, ਜਾਂ ਫਿਰ ਉਹ ਸਾਊਥ ਲੌਬੀ ਦੀ ਗੱਲ ਕਰ ਰਹੇ ਨੇ ਜਿਹਦਾ ਜ਼ਿਕਰ ਪੰਜਾਬ ਦੇ ਵਿੱਚ ਵੀ ਹੋਇਆ ਸੀਗਾ ਕਿ ਇੱਕ ਹੋਟਲ ਦੇ ਵਿੱਚ ਮੈਂਗੋ ਕੁਕੁੰਬਰ ਇਹਨਾਂ ਦੇ ਨਾਂ ਦੇ ਸਾਊਥ ਲੌਬੀ ਇਕੱਠੀ ਹੋਈ ਸੀ, ਜਿਹਦੇ ਵਿੱਚ ਪੰਜਾਬ ਦੀ ਸ਼ਰਾਬ ਪਾਲਿਸੀ ਨੂੰ ਵੀ ਲੈ ਕੇ ਕੋਈ ਜ਼ਿਕਰ ਹੋਇਆ ਸੀਗਾ। ਜੀ ਹੁਣ ਇਹ ਗੱਲ ਅੱਗੇ ਵਧਣੀ ਸ਼ੁਰੂ ਹੋ ਗਈ ਹੈ, ਰਾਜਨੀਤੀ ਜ਼ਰੂਰ ਹੋਏਗੀ, ਉਸ ਰਾਜਨੀਤੀ ਦੇ ਰਾਹੀਂ ਕਿਹਦੀ ਪਰਸੈਪਸ਼ਨ ਕੀ ਬਣਦੀ ਹੈ, ਇਹੀ ਗੱਲ ਦੇਖਣ ਵਾਲੀ। ਮਲਟੀਪਲ ਪਲੇਟਫਾਰਮਸ ਤੋਂ ਜਿਹੜੀਆਂ ਮਿਲਾ ਕੇ ਖਬਰਾਂ CBI ਦੇ ਸੋਰਸਸ ਤੋਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਔਰ ਇਹਦੇ ਵਿੱਚ ਭਾਸਕਰ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ CBI ਵੱਲੋਂ ਚਾਰਜਸ਼ੀਟ ਦਾ, ਉਹ ਚਾਰਜਸ਼ੀਟ ਨਹੀਂ, FIR ਦੇ ਵਿੱਚ ਨੰਬਰ 1 ਆਰੋਪੀ ਬਣਾਇਆ ਸੀ। CBI ਨੇ ਅਜੇ ਚਾਰਜਸ਼ੀਟ ਦਾਇਰ ਕਰਨੀ ਆ। ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਇਸ ਕਰਕੇ ਵੀ ਵੱਧ ਗਈਆਂ ਕਿਉਂਕਿ ਜਿੰਨੇ ਵਿਅਕਤੀ ਪਹਿਲਾਂ ED ਦੀ ਹਿਰਾਸਤ ਵਿੱਚ ਹੈ, ਵਿਜੇ ਨਾਇਰ ਤੋਂ ਲੈ ਕੇ ਕਾਰੋਬਾਰੀਆਂ ਤੱਕ, ਸਮੀਰ ਮਿੰਦਰੂ ਤੋਂ ਲੈ ਕੇ ਬਾਕੀ ਸਾਰੇ, ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜੇ ਤੱਥ ਪੁਖਤਾ ਹੋਏ ਉਹ ਤੋਂ ਬਾਅਦ ਹੀ ਸਿਸੋਦੀਆ ਦੀ ਪੁੱਛਗਿੱਛ ਹੋ ਰਹੀ ਸੀ, ਤੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਗੱਲ ਐਵੇਂ ਹੀ ਅੱਗੇ ਵਧੂਗੀ। ਇਹਦੇ ਵਿੱਚ ਪੰਜਾਬ ਨਾਲ ਕੋਈ ਤਾਰ ਜੋੜਨਗੇ? ਪੰਜਾਬ ਦੇ 2 ਅਧਿਕਾਰੀਆਂ ਨੂੰ ਵੀ ED ਨੇ ਉਦੋਂ ਪੁੱਛਗਿੱਛ ਲਈ ਉਹ ਦਸਤਕ ਦਿੱਤੀ ਸੀ ਕਿ ਨੌਕ ਕੀਤਾ ਸੀ। ਇੱਕ ਅਧਿਕਾਰੀ ਜਿਹੜੇ ਹੁਣ ਵੀ ਕਾਫੀ ਵੱਡੇ ਅਹੁਦੇ ਤੇ, ਉਹਨਾਂ ਨੂੰ ਸੱਦਿਆ ਵੀ ਗਿਆ ਸੀ ਦਿੱਲੀ ਦੇ ਵਿੱਚ। ਔਰ ਇਹ ਸਾਰੀਆਂ ਚੀਜ਼ਾਂ ਕੀ ਇਹ ਸੇਕ ਹੁਣ ਅੱਗੇ ਵਧਣਾ ਸ਼ੁਰੂ ਹੋਊਗਾ? ਕੀ ਹੋਰ ਲੋਕ ਵੀ ਤਲਬ ਕੀਤੇ ਜਾਣਗੇ? ਕੀ ਪੰਜਾਬ ਦੇ ਵਿੱਚ ਜਿਹੜੀਆਂ 2 ਡਿਸਟਿਲਰੀਜ਼ ਨੂੰ ਬੰਦ ਕਰਕੇ, ਜਿਨ੍ਹਾਂ ਦੀ ਆਰਮ ਟਵਿਸਟ ਵਾਲੀ ਗੱਲ ਸੀ ਜਿਹਦੇ ਵਿੱਚ, ਉਹਨਾਂ ਦੇ ਉੱਤੇ ਵੀ ਗਾਂਹ ਗੱਲ ਤੁਰੂਗੀ? ਇਹ ਸਾਰੇ ਸਵਾਲ ਹੈਗੇ ਆ। ਪਰ ਉਂਝ ਵੈਸੇ ਕੱਲ ਮੁੱਖ ਮੰਤਰੀ ਔਰ ਕੇਜਰੀਵਾਲ ਤੇ ਭਗਵੰਤ ਮਾਨ ਦੋਨੇ ਉਹਨਾਂ ਦੇ ਘਰ ਜਾ ਕੇ ਆਏ ਆ। ਮੇਰਾ ਖਿਆਲ ਇਹ ਗੱਲ ਹੁਣ ਇੱਥੋਂ ਅੱਗੇ ਤੁਰਨ ਵਾਲੇ ਪਾਸੇ ਚਲੇ ਗਈ ਆ। ਇੰਦਰਪ੍ਰੀਤ ਜੀ, ਦੂਜਾ ਮਾਮਲਾ ਕਾਫੀ ਅਹਿਮ ਆ, ਹਾਲਾਂਕਿ ਅਸੀਂ ਕੌਮੀ ਇਨਸਾਫ ਮੋਰਚੇ ਦੇ ਉੱਠ ਜਾਣ ਦੀ ਆਹਟ ਨਾਲ ਵੀ ਅੱਗੇ ਵਧਣਾ ਹੈ। ਕੱਲ ਇੱਕ ਵੱਡੀ ਮੀਟਿੰਗ ਹੋਈ ਵੀ ਹੈ, ਸਹਿਮਤੀ ਬਣੀ ਆ, ਪੋਜ਼ਿਟਿਵਿਟੀ ਦਾ ਸੰਕੇਤ ਹੈ। ਪਰ ਉਸ ਤੋਂ ਪਹਿਲਾਂ ਜਿਹੜੀ ਗਵਰਨਰ ਤੇ ਮੁੱਖ ਮੰਤਰੀ 'ਚ ਟਸਲ ਸੀ, ਇਹ ਟਸਲ ਕਿਸੇ ਹੋਰ ਰੰਗ ਸਰੂਪ 'ਚ ਸਾਹਮਣੇ ਆ ਰਹੀ ਹੈ। ਸੁਪਰੀਮ ਕੋਰਟ ਦੇ ਵਿੱਚ ਅੱਜ ਪਟੀਸ਼ਨ ਦਾਇਰ ਹੋਣ ਦੀ ਸੰਭਾਵਨਾ ਹੈਗੀ, ਸੁਣਵਾਈ ਅੱਜ ਹੁੰਦੀ, ਕੱਲ੍ਹ ਹੁੰਦੀ, ਪਰਸੋਂ ਹੁੰਦੀ, ਕਿਉਂਕਿ ਸੈਸ਼ਨ ਦਾ ਸਮਾਂ 3 ਤਰੀਕ ਤਾਂ ਮਿਥਿਆ ਗਿਆ। ਇਹਦਾ ਮਤਲਬ ਹੈ ਕਿ ਇਹ ਤਰਜੀਹੀ ਆਧਾਰ ਤੇ ਸੁਣੀ ਜਾਣੀ ਹੈ ਪਟੀਸ਼ਨ। ਪਰ ਇਹਦਾ ਐਲਾਨਨਾਮਾ, ਇਹਦਾ ਐਲਾਨ ਰਾਘਵ ਚੱਡਾ ਕਰ ਰਿਹਾ, ਮੁੱਖ ਮੰਤਰੀ ਤੋਂ ਪਹਿਲਾਂ ਰਾਘਵ ਚੱਡਾ ਇਹ ਕਹਿ ਰਿਹਾ ਕਿ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ। ਇਸ ਲੜਾਈ ਦਾ ਸਾਰਾ ਨੈਰੇਟਿਵ, ਇਹ ਬੁਣਤੀ, ਇਹ ਬੁਣਤਰ, ਇਹ ਬੁਣਿਆ ਗਿਆ
केजरीवाल साहब ते राघव चड्ढा वालों कि किसी भी मूव गवर्नर की मूव केंद्र की मूव का जवाब भगवंत मान की बजाय पंजाब की अफसरशाही के बजाय पंजाब के सत्ता के गलियारों की बजाय दिल्ली चो आ रहा ये उत्ते गल करोगे। देखो रंधावा साहब, अगर कोई यह पॉलिटिकल मामला होंदा तां मैं कह सकदा सीगा कि ठीक है, पार्टी उन्हां दी सुप्रीम है, तो सुप्रीमो नाल गल करके अगर उन्होंने कोई गल कीती है तां उह उच कोई गलत नहीं है। पर इत्थे मामला प्रशासनिक है। सवाल संवैधानिक तौर ते राज्यपाल ने मुख्य मंत्री तों पुछे, इहदे च पॉलिटिकल मामला तां कोई है ही नहीं है। तां और सैशन बुलाना भी एक प्रशासनिक मामला है, उहदे च भी कोई पॉलिटिकल मामला नहीं है। सो दोनों दे जे तां सवाल, उह सवालां दे जवाब जो पुछे ने, चाहे उह यूनिवर्सिटियां दे वाइस चांसलरां दी गल होवे, चाहे नवल अग्रवाल दी नियुक्ति दी गल होवे, या किसी दी भी गल होवे, उह सारे प्रशासनिक मामले ने। तो प्रशासनिक मामलों का जवाब मुख्य मंत्री देने लई बाध्य ने, ना कि पार्टी देने लई है। सो और इस करके जे गवर्नर ने कहा भी तुसीं मेरा सवालों का जवाब ही नहीं दे रहे मेरे, और दे रहे हो जो ट्वीट कर रहे हो उस अभद्र भाषा यूज कर रहे हो, तो मैं भी पहला इसे कानूनी राय लैके सैशन बुलाने की गल अगे तोरूंगा। तो मैनू लगता है भी उत्थे अगर दे दें दे, तब उन्होंने इजाजत दे देनी सी कि ये तो गवर्नर ने भी पता भी इजाजत देनी ही पैनी है। पर सवाल ये हैगा कि ये पॉलिटिकल मामला ना होने के बावजूद ये दिल्ली तो आ रहा है, ये मैनू लगता कि सही नहीं हैगा। इत्थे ही परसैप्शन की जिहड़ी आपां बार बार गल करते हुंदे आ, जे ये परसैप्शन बनती जिवें कि बनती जा रही है कि दिल्ली दे जिहड़ी टीम है वह ज्यादा हावी हो रही है। जे कल तुसीं दुलट साहब का एक बयान पढ़िया होवे अखबारां च, बहुत नशर होया उत्थे, उन्होंने भी यही गल कही सी कि दिल्ली तो पंजाब नूं संचालित नहीं किया जा सकता। जिहड़ियां पार्टियां ने भी यह कोशिश की हैगी है, उन्होंने फिर मुंह दी हुई खाई है। सो मैनूं यह लग रहा है कि ये जिहड़ा पहला बयान जिहड़ा राघव चड्ढा होरां दा आया हैगा, ठीक है वह पार्टी के वड्डे नेता हो सकते हैं, राज सभा के मैंबर हो सकते हैं, पर स्टेट की पॉलिटिक्स के नाल उन्हां दा सीधा सीधा कोई वास्ता नहीं है। जिहड़े प्रशासनिक मामले है उन्होंने चेयरमैन जरूर बनाया होया, जिहड़ी इत्थे इक कमेटी बनाई है, पर हजे तक उन्होंने काम कार उहदा शुरू ही नहीं किया है, ना ही कोई उन्होंने ऑफिस लिता इत्थे। सो उस नूं भी अगर ध्यान च रख लिया जाए तां भी उन्हां दा बयान जिहड़ा पहला आया है, मैनूं लगदा कि ये ठीक नहीं हैगा। ये सरकार दी परसैप्शन जिहड़ी हैगी है लोकां च गलत चली जाएगी, जिस तों भगवंत मान होरां नूं थोड़ा देखण दी लोड़ है। मैं भास्कर साहब गल तां अगे लैके जानी बहुत अहम सवाल आ कि पंजाब की जेल जे सुरक्षित नहीं इस तों ज्यादा किसी सिस्टम का फेलियर की हो सकता कि तुहाडी हिरासत विच कतल होने शुरू हो जाण। हिरासती कतल इहनूं कहांगे। मैं उत्थे जाण तों पहला जिहड़ी इंद्रप्रीत जी वाली गल आ उहनूं ही अगे तोरना है। दिल्ली तों संचालित होण दे दोष नवें नहीं पर पंजाब की एक यूनिवर्सिटी विच दो होर कंसल्टेंट की नियुक्ति नूं लैके कल सोशल मीडिया बवाल ते सी ऐ उफान ते सीगा। ये भी नाल एड्रेस कर दिओ दखल कोई बुरे नहीं होंदे। किहड़े कांग्रेस वेले दखल नहीं सी होंदे। आ पिछे चन्नी वेले तां एक सूबेदार उहनां दा इत्थे बैठा रहा मुख्यमंत्री की अधिकारित कोठी च पंजाब भवन उहने मली रख्या। उस तो पहला कैप्टन अमरिंदर सिंह वेले घट सी आशा कुमारी ते बाकियां नूं उन्ना कि जिन्ना रैड कारपेट मिलदा सी दखल बहुता नहीं सी। बीजेपी क्यों नहीं दखल देंदी रही। अकाली सरकारां दे विच सब कुछ हुंदा रहा। कौन संचालित नहीं केंद्र वल्लों। पर जे सरकार सिद्धियों के दिल्ली दे लोक चलाउणी शुरू कर देणगे फिर पंजाब दे लोकां दा वो मैंडेट जिहड़ा असीं चुण के भेजे आ वो कित्थे जाऊगा। इह दस्सिओ मैनूं गुरु रविदास यूनिवर्सिटी आयुर्वेदिक यूनिवर्सिटी दे विच दो बंदिआं दा जिहड़ा रौला पै गिआ इह की है। इस तो पहले जी गवर्नर साहब के अगेंस्ट कह लो या गवर्नर साहब की सैशन की इजाजत ना देन करके अज सुप्रीम कोर्ट जी सरकार जा रही है। असी इस मुद्दे नूं इस तरीके नाल ते डिस्कस किया कि राघव चड्ढे उन्हां दा ट्वीट पहले आया तो उस तो बाद मुख्यमंत्री का ट्वीट आया। मुख्यमंत्री के ट्वीट के गल दिल्ली तो रिलेटिड ही गल अगे चुकी जाती है कि जे दिल्ली का मेयर चुनना होए तो सुप्रीम कोर्ट जाना पैंदा है, जे डिप्टी मेयर लाना होए तो सुप्रीम कोर्ट तो इजाजत लेनी पैंदी है, ते हुण पंजाब दा सैशन बुलाने वास्ते भी सानू सुप्रीम कोर्ट दा दरवाजा खटकाना पै रहा है। राघव चड्ढा दा पंज सत्त भास्कर साहब तुहाडा मतलब है कि कुर्सियां ही बटा लैणा भगवंत बिल्कुल मान दिल्ली बिल्कुल दे मेरा मामले चक्कर मतलब ही है चाहुंदे आ, सीगा उह कि इधरले चुकड़ा चाहुंदे, कद तों ऐवें ओहला रखिआ फिर इहनां नूं उत्थे बिठा देण केंद्रीय सत्ता च आप इत्थे आ जाण। जी कल भी जब असी इस मुद्दे नूं डिस्कस कर रहे सी ते इह गल
ਚੱਲੀ ਸੀਗੀ ਕਿ ਸੁਪਰੀਮੋ ਦਾ ਕੀ ਆਰਡਰ ਹੁੰਦਾ ਹੈ, ਉਸ ਤੋਂ ਬਾਅਦ ਇਸ ਮੁੱਦੇ ਤੇ ਭਗਵੰਤ ਮਾਨ ਉਹਨਾਂ ਆਪਣਾ ਕੋਈ ਫੈਸਲਾ ਸੁਣਾ ਸਕਦੇ ਨੇ। ਔਰ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਕੌਂਸਟੀਟਿਊਸ਼ਨਲੀ ਜੇ ਗਵਰਨਰ ਸਾਹਿਬ ਇੱਕ ਵਾਰ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਕਾਉਂਸਲ ਆਫ ਮਿਨਿਸਟਰ ਜੇ ਦੂਜੀ ਵਾਰ ਸੇਮ ਪ੍ਰਪੋਜ਼ਲ ਭੇਜਦੀ ਹੈ ਤੇ ਗਵਰਨਰ ਸਾਹਿਬ ਨੂੰ ਇਹ ਕੌਂਸਟੀਟਿਊਸ਼ਨਲੀ ਬੁਲਾਉਣ ਦੀ ਉਹਨਾਂ ਦੀ ਮਜਬੂਰੀ ਬਣ ਜਾਏਗਾ, ਕਿਉਂਕਿ ਉਹਨਾਂ ਕੋਲ ਐਗਜ਼ੀਕਿਊਟਿਵ ਪਾਵਰ ਨਹੀਂ ਹੈਗੀ ਕਿ ਉਹ ਕਿਸੇ ਵੀ ਸੂਬੇ ਦੇ ਸੈਸ਼ਨ ਨੂੰ ਡਾਇਰੈਕਟ ਨਾ ਨਹੀਂ ਕਰ ਸਕਦੇ, ਖਾਸ ਕਰਕੇ ਤੀਜੀ ਵਾਰ। ਫਿਰ ਇਹ ਮਾਮਲਾ ਭਾਸਕਰ ਸਾਹਿਬ ਇੰਜ ਹੋ ਤਾਂ ਸਕਦਾ ਸੀ, ਪਰ ਫਿਰ ਇਹ ਮਾਮਲਾ ਸੁਪਰੀਮ ਕੋਰਟ 'ਚ ਜਾ ਕੇ ਜਿੰਨਾ ਹਾਈਲਾਈਟ ਹੋਣਾ ਉਹਨਾਂ ਨਹੀਂ ਸੀ ਹੋਣਾ। ਆਪਾਂ ਸਿਆਸਤ ਦਾ ਕੋਈ ਮੌਕਾ ਨਹੀਂ, ਨਾ ਕੇਂਦਰ ਗਵਾਉਣਾ ਚਾਹੁੰਦਾ ਨਾ ਇਹ ਗਵਾਉਣਾ ਚਾਹੁੰਦੇ ਆ। ਮੈਂ ਤੁਹਾਨੂੰ ਕੱਲ ਕਿਹਾ ਸੀ ਕਿ ਫੁੱਟਬਾਲ ਵਾਂਗ ਸਮਝਦੇ ਆ ਪੰਜਾਬੀਆਂ ਨੂੰ, ਇਹ ਮੰਚ ਲੋਕਾਂ ਦਾ ਮੰਚ ਹੈ, ਇਹ ਆਪਣੇ ਲਈ ਵਰਤਣਾ ਚਾਹੁੰਦੇ ਆ ਆਪਣੀ ਆਪਣੇ ਐਕਸਪੋਜ਼ਰ ਲਈ। ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਨੂੰ ਪੌੜੀ ਬਣਾਇਆ ਜਾ ਰਿਹਾ, ਕਿਉਂਕਿ 7 ਤੋਂ ਵੱਧ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਰੋਲੇ ਹੈਗੇ ਨੇ ਗਵਰਨਰ ਸਾਹਿਬ ਤੇ ਇਲੈਕਟਿਡ ਗਵਰਨਮੈਂਟ ਦੇ, ਉਹ ਚੱਲ ਰਹੇ ਨੇ। ਹੁਣ ਪੰਜਾਬ ਨੂੰ ਇੱਕ ਐਗਜ਼ਾਮਪਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੁਪਰੀਮ ਕੋਰਟ ਤੋਂ ਜੋ ਵੀ ਫੈਸਲਾ ਆਉਂਦਾ ਇਸ ਮੁੱਦੇ ਤੇ ਉਹ ਸਿਰਫ ਪੰਜਾਬ ਵਾਸਤੇ ਇੰਪੋਰਟੈਂਸ ਨਹੀਂ ਰੱਖਦਾ, ਉਹਨਾਂ ਸਾਰੇ ਸੂਬਿਆਂ ਦੇ ਵਿੱਚ ਇੰਪੋਰਟੈਂਸ ਰੱਖਦਾ ਜਿਹਦੇ ਵਿੱਚ ਗਵਰਨਰ ਤੇ ਇਲੈਕਟਿਡ ਚੀਫ ਮਿਨਿਸਟਰ ਦਾ ਰੋਲ ਹੈ। ਹੁਣ ਇੱਥੇ ਸੁਪਰੀਮ ਕੋਰਟ ਦਾ ਫੈਸਲਾ ਅੱਜ ਹੀ ਆ ਜਾਂਦਾ ਇਸ ਮੁੱਦੇ ਤੇ, ਜਾਂ ਕੋਈ ਇੰਸਟਰਕਸ਼ਨ ਸੁਪਰੀਮ ਕੋਰਟ ਸਰਕਾਰ ਨੂੰ ਜਾਂ ਗਵਰਨਰ ਸਾਹਿਬ ਨੂੰ ਅੱਜ ਹੀ ਦੇ ਦਿੰਦੀ ਹੈ, ਇਹ ਵੀ ਇੱਕ ਬੜਾ ਵੱਡਾ ਰੋਲ ਹੈ। ਔਰ ਉਹ ਵੀ ਤਦ ਜਦ ਗਵਰਨਰ ਦੀ ਪੋਸਟ ਇੱਕ ਕੌਨਸਟੀਟਿਊਸ਼ਨਲ ਪੋਸਟ ਹੈ, ਕੌਨਸਟੀਟਿਊਸ਼ਨਲ ਪੋਸਟ ਦੇ ਵਿੱਚ ਸੁਪਰੀਮ ਕੋਰਟ ਦੀ ਕੀ ਰੂਲਿੰਗ ਹੋਏਗੀ ਇਹ ਦੇਖਣ ਵਿੱਚ ਤਾਂ ਕਾਫੀ ਇੰਟਰਸਟਿੰਗ ਹੋਏਗਾ, ਪਰ ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਵਿੱਚ ਗਵਰਨਰ ਵਰਸਿਸ ਇਲੈਕਟਿਡ ਸੀਐਮ ਦਾ ਜਿਹੜਾ ਵਿਵਾਦ ਹੈ ਉਹ ਵੀ ਇੱਕ ਨੈਕਸਟ ਰਾਊਂਡ ਦੇ ਵਿੱਚ ਚਲਾ ਜਾਏਗਾ, ਜਿਹਦਾ ਜ਼ਿਕਰ ਅਸੀਂ ਕੱਲ੍ਹ ਵੀ ਕੀਤਾ ਸੀ ਕਿ ਫਾਈਨਲ ਰਾਊਂਡ ਦੇ ਵਿੱਚ ਇਹ ਲੜਾਈ ਪਹੁੰਚ ਗਈ ਹੈ। ਫਾਈਨਲ ਰਾਊਂਡ ਦੇ ਵਿੱਚ ਕਿਹਦੇ ਫੇਵਰ ਦੇ ਵਿੱਚ ਕੀ ਫੈਸਲਾ ਆਉਂਦਾ ਪਤਾ ਨਹੀਂ। ਦਿੱਲੀ ਦੀ ਗੱਲ ਤੁਸੀਂ ਕੀਤੀ ਕਿ ਦਿੱਲੀ ਵਾਲੇ ਪੰਜਾਬ ਦੇ ਫੈਸਲੇ ਲੈ ਰਹੇ ਨੇ, ਮੈਂ ਉੱਥੇ ਤੁਹਾਡੇ ਕੋਲ ਜਾਣਾ ਹੈ, ਆਪਾਂ ਕਾਹਲੀ ਚ ਲਵਾਂਗੇ ਹੁਣ ਮਾਮਲੇ, ਪਰ ਮੈਂ ਇੱਕ ਗੱਲ ਕਹਿ ਦਿਆਂ, ਬੜੀ ਕਲੈਵਰ ਮੂਵ ਹੈ, ਬੜੀ ਕਲੈਵਰ ਮੂਵ ਹੈ ਇਸ ਕਰਕੇ ਕਿਉਂਕਿ ਗਵਰਨਰ ਨੇ ਇਹ ਕਿਹਾ ਸੀ ਕਿ ਮੈਂ ਕਾਨੂੰਨੀ ਰਾਏ ਲੈ ਰਿਹਾ, ਇਹ ਕਾਨੂੰਨੀ ਰਾਏ ਲੈਣ ਤੋਂ ਬਾਅਦ ਮਾਮਲਾ ਰਾਸ਼ਟਰਪਤੀ ਨੂੰ ਰੈਫਰ ਕੀਤਾ ਜਾ ਸਕਦਾ ਸੀ, ਗ੍ਰਹਿ ਮੰਤਰਾਲੇ ਨੂੰ ਲਿਖਿਆ ਜਾ ਸਕਦਾ ਸੀਗਾ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਸਲਾਹਕਾਰਾਂ ਨੇ ਇਸ ਵਾਰੀ ਚੁਸਤੀ ਵਰਤੀ ਔਰ ਠੀਕ ਫੈਸਲਾ ਲਿਆ ਕਿ ਅਸੀਂ ਇਹਨੂੰ ਸੁਪਰੀਮ ਕੋਰਟ 'ਚ ਜਾ ਕੇ ਨਿਬੇੜ ਦਿੰਦੇ ਹਾਂ ਤਾਂ ਕਿ ਬਾਕੀ ਚੀਜ਼ਾਂ ਜਿਹੜੀਆਂ ਟੋਟਲ ਪੋਲੀਟੀਕਲ ਹੋ ਜਾਣ, ਜੇਕਰ ਅਸੀਂ ਇੱਥੇ ਫਸ ਜਾਂਦੇ ਹਾਂ ਤੇ ਸਾਡੇ ਕੋਲ ਬਹੁਤੇ ਹੱਕ ਹਕੂਕ ਨਹੀਂ ਰਹਿਣਗੇ, ਤੁਸੀਂ ਕਾਨੂੰਨੀ ਸਲਾਹ ਲੈਂਦੇ ਰਹੋ, ਅਸੀਂ ਕਾਨੂੰਨੀ ਫੈਸਲਾ ਲੈ ਕੇ ਆ ਜਾਂਦੇ। ਮੇਰੇ ਖਿਆਲ ਇਹ ਉਹਨਾਂ ਦਾ ਪੈਂਤੜਾ ਜਿਹੜਾ ਸ਼ਾਇਦ ਉਹਨਾਂ ਨੂੰ ਫੇਵਰ ਵੀ ਕਰੂਗਾ। ਹੁਣ ਤੁਸੀਂ ਦੱਸੋ ਗੁਰੂ ਰਾਮਦਾਸ ਗੁਰੂ ਮਾਫੀ ਚਾਹੁੰਦਾ ਗੁਰੂ ਰਵਿਦਾਸ ਯੂਨੀਵਰਸਿਟੀ ਵਾਲਾ ਮਾਮਲਾ ਜਿਹਦੇ 'ਚ ਦੋ ਕੰਸਲਟ ਤੇਜ਼ੀ ਨਾਲ ਆਵਾਂਗੇ, ਇਸ ਤੋਂ ਬਾਅਦ ਮੈਂ ਜਾਊਂਗਾ ਕਿ ਸਰਕਾਰ ਸਿਆਸੀ ਕੌਡੀ ਖੇਡੀ ਜਾਂਦੀ ਹੈ, ਇੱਥੇ ਅਮਨ ਕਾਨੂੰਨ ਦੀ ਸਥਿਤੀ ਦੇ ਨਜ਼ਰੀਓ ਲੋਕਾਂ 'ਚ ਭੈ ਵੱਧਦਾ ਜਾਂਦਾ ਹੈ, ਆਪਾਂ ਉੱਤੇ ਜਾਣਾ ਉਸ ਤੋਂ ਬਾਅਦ। ਜੀ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਐਲੀਗੇਸ਼ਨ ਤਕਰੀਬਨ ਸਾਰੀ ਵਿਰੋਧੀ ਪਾਰਟੀ ਸ਼ੁਰੂ ਤੋਂ ਲਾ ਰਹੀ ਸੀ, ਔਰ ਬਹੁਤ ਸਾਰੇ ਇੰਸੀਡੈਂਟ ਇੱਦਾਂ ਦੇ ਦੇਖੇ ਗਏ ਜਿਹਦੇ ਵਿੱਚ ਭਾਵੇਂ ਨਵਲ ਅਗਰਵਾਲ ਦੀ ਗੱਲ ਹੋਏ, ਭਾਵੇਂ ਰੇਰਾ ਦੇ ਚੀਫ ਸੱਤਿਆ ਗੋਪਾਲ ਦੀ ਗੱਲ ਹੋਏ, ਜਾਂ ਫਿਰ ਰੇਰਾ ਦੇ ਇੱਕ ਮੈਂਬਰ ਰਾਕੇਸ਼ ਗੋਇਲ ਦੀ ਗੱਲ ਹੋਏ, ਫਿਰ ਪੰਜਾਬ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਗੱਲ ਹੋਈ, ਸਾਰੇ ਮੁੱਦਿਆਂ ਦੇ ਉੱਤੇ ਅਪੁਆਇੰਟਮੈਂਟ ਸਿੱਧਾ ਦਿੱਲੀ ਤੋਂ ਹੋਏ, ਇਹ ਗੱਲ ਹਜੇ ਤੁਰ ਹੀ ਰਹੀ ਸੀ, ਚੱਲ ਹੀ ਰਹੀ ਸੀ, ਹੋਰ ਦੋ ਅਪੁਆਇੰਟਮੈਂਟ ਇੱਦਾਂ ਦੇ ਆ ਗਏ। ਜਦ ਪੰਜਾਬ ਦੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਹੈ, ਉਹਦੇ ਵਿੱਚ ਦੋ ਅਪੁਆਇੰਟਮੈਂਟ ਕੀਤੇ ਗਏ ਪਿਛਲੇ ਦਿਨਾਂ ਦੇ ਵਿੱਚ, ਸੀਐਮ ਦੀ ਯੋਗਸ਼ਾਲਾ ਦੀ ਗੱਲ ਹੋਈ ਸੀ, ਔਰ ਜਿਹੜੀ ਯੋਗਸ਼ਾਲਾ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਜਾਂ ਗਵਰਨਰ ਲੈਫਟੀਨੈਂਟ ਗਵਰਨਰ ਨੇ ਬੰਦ ਕਰਤੀ ਸੀ, ਉਹਦੇ ਦੋ ਕੰਸਲਟੈਂਟਸ ਦੇ ਨਾਂ ਹੈਗੇ ਨੇ ਅਮਰੇਸ਼ ਕੁਮਾਰ ਝਾ ਤੇ ਦੂਜੇ ਹੈਗੇ ਨੇ ਕਮਲੇਸ਼ ਕੁਮਾਰ ਮਿਸ਼ਰਾ, ਇਹਨਾਂ ਨੂੰ ਬਤੌਰ ਕੰਸਲਟੈਂਟ ਅਪੁਆਇੰਟ ਕਰਤਾ ਗਿਆ ਔਰ 1 ਲੱਖ ਰੁਪਏ ਦੀ ਸੈਲਰੀ ਦਿੱਤੀ ਗਈ। ਜਦਕਿ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਵਧਾਉਂਦੇ ਹੋਏ ਉਹਦੀ ਪ੍ਰਮੋਸ਼ਨ ਕਰਦੇ ਹੋਏ ਇਹ ਵੀ ਇੱਕ ਨਿਯਮ ਬਣਾਇਆ ਸੀਗਾ ਕਿ ਕਿਸੇ ਵੀ ਸਰਕਾਰੀ ਪੋਸਟ ਦੇ ਵਿੱਚ ਸੀ ਗ੍ਰੇਡ ਤੋਂ ਉੱਤੇ ਥੱਲੇ ਪੰਜਾਬੀ ਜਾਣਨਾ ਔਰ 10ਵੀਂ ਦੇ ਵਿੱਚ ਪੰਜਾਬੀ ਦੇ ਵਿੱਚ 50% ਘੱਟ ਤੋਂ ਘੱਟ ਮਾਰਕਸ ਲਿਆਉਣੇ ਬਹੁਤ ਜ਼ਰੂਰੀ ਆ। ਪਰ ਇਹ ਝਾ ਸਾਹਿਬ ਤੇ ਮਿਸ਼ਰਾ ਸਾਹਿਬ ਇਹਨਾਂ ਦਾ ਦੂਰ ਦੂਰ ਤੱਕ ਪੰਜਾਬੀ ਦੇ ਨਾਲ ਕੋਈ ਨਾਤਾ ਨਹੀਂ ਹੈ। ਹੁਣ ਸਵਾਲ ਇੱਥੇ ਖੜਾ ਹੈ ਕਿ ਕੰਸਲਟੈਂਟ ਦੀ ਨਿਯੁਕਤੀ ਗੈਰ ਪੰਜਾਬੀਆਂ ਦੀ ਕੀਤੀ ਜਾ ਸਕਦੀ ਹੈ ਕਿ ਨਹੀਂ ਕੀਤੀ ਜਾ ਸਕਦੀ। ਰਾਹੁਲ ਗੁਪਤਾ ਜਿਹੜੇ ਅਫਸਰ ਹੈਗੇ ਲੇਕਿਨ ਵਾਈਸ ਚਾਂਸਲਰ ਦਾ ਉਹਨਾਂ ਨੂੰ ਚਾਰਜ ਵੀ ਮਿਲਿਆ ਹੋਇਆ ਸੀ ਯੂਨੀਵਰਸਿਟੀ ਦਾ, ਉਹ ਕਹਿੰਦੇ ਨੇ ਮੁੱਖ ਮੰਤਰੀ ਦਫ਼ਤਰ ਤੋਂ ਹੀ ਇਸ ਅਪੁਆਇੰਟਮੈਂਟ ਦੀ ਟਰਮਸ ਐਂਡ ਕੰਡੀਸ਼ਨ ਸੈੱਟ ਹੋਈ ਸੀ। ਉਸ ਟਰਮਸ ਐਂਡ ਕੰਡੀਸ਼ਨ ਸੈੱਟ ਹੋਣ ਤੋਂ ਬਾਅਦ ਸਾਡਾ ਕੰਮ ਸਿਰਫ ਸੀਗਾ ਕਿ ਅਪੁਆਇੰਟਮੈਂਟ ਲੈਟਰ ਜਾਰੀ ਕਰਨਾ, ਤੇ ਅਪੁਆਇੰਟਮੈਂਟ ਲੈਟਰ ਜਾਰੀ ਹੋ ਗਿਆ। ਹੁਣ ਕਾਫੀ ਸਾਰੇ ਦਿੱਲੀ ਦੇ ਵਿੱਚ ਬੇਰੋਜ਼ਗਾਰ ਹੋਏ ਉਹ ਯੋਗਾ ਟੀਚਰ, ਉਹ ਵੀ ਮੈਨੂੰ ਲੱਗਦਾ ਸਾਰੇ ਦੇ ਸਾਰੇ ਪੰਜਾਬ ਵਿੱਚ ਸ਼ਿਫਟ ਕਰ ਦਿੱਤੇ ਜਾਣਗੇ। ਤਨਖਾਹ ਭਾਵੇਂ 1 ਲੱਖ ਰੁਪਏ ਨਾ ਵੀ ਦਿੱਤੀ ਜਾਏ ਪਰ 50-75 ਦੇ ਵਿੱਚ ਉਹਨਾਂ ਦੀ ਵੀ ਗੱਲ ਬਣ ਜਾਏਗੀ। ਉੱਥੇ ਬੇਰੋਜ਼ਗਾਰ ਕੀਤੇ ਹੋਏ ਜਿਹੜੇ ਲੈਫਟੀਨੈਂਟ ਗਵਰਨਰ ਦੇ ਆਰਡਰ ਨਾਲ
ਹੋ ਗਏ ਸੀਗੇ, ਹੁਣ ਪੰਜਾਬ ਦੇ ਵਿੱਚ ਰੀਹੈਬਿਲਿਟੇਟ ਕੀਤੇ ਜਾਣਗੇ, ਉਹ ਵੀ ਤਦ ਜਦ ਪੰਜਾਬ ਦੇ ਮੁੱਖ ਮੰਤਰੀ ਇੰਡਸਟਰੀ ਨੂੰ ਵੀ ਇਹ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਨੌਕਰੀ ਦਿਓ, ਹੁਣ ਬੱਚੇ ਤੁਸੀਂ ਕਿਸੇ ਹੋਰ ਦੇ ਲੈ ਕੇ ਪੰਜਾਬ ਦੀ ਨੌਕਰੀਆਂ ਦੇ ਉੱਤੇ ਰੱਖ ਰਹੇ ਹੋ, ਇਹ ਕਿੰਨੀ ਕੋਈ ਗੱਲ ਜਾਇਜ਼ ਹੈ? ਹੁਣ ਇਹ ਵਿਰੋਧੀ ਪਾਰਟੀਆਂ ਦਾ ਵੀ ਇੱਕ ਮੁੱਦਾ ਜ਼ਰੂਰ ਬਣ ਕੇ ਉਭਰੇਗਾ। ਭਾਸਕਰ ਸਾਹਿਬ ਦੀ ਗੱਲ ਨੂੰ ਸੀਰੀਅਸ ਨਾ ਲਿਓ ਦੋਸਤੋ, ਹਾਸੇ ਠੱਠੇ ਚ ਕੀਤੀ ਗੱਲ ਆ ਵੀ ਇੱਥੇ ਆ ਜਾਣਗੇ ਜੇ ਦੋਵਾਂ ਤੇ ਇੰਨਾ ਰੌਲਾ ਤੇ ਬਾਕੀਆਂ ਤੇ ਰੌਲਾ। ਵੈਸੇ ਰੌਲੇ ਨੂੰ ਮੰਨਦਾ ਕੌਣ ਹੈ? ਉਹ ਕਹਿੰਦੇ ਜਾਓ ਇਦਾਂ ਹੀ ਕਰਾਂਗੇ, ਇਹੀ ਤਰੀਕਾ ਕਾਰ ਹੁੰਦਾ ਹੈ, ਚਫਾਲ ਲਿਟ ਕੇ ਚੱਲਦੇ ਟ੍ਰੈਫਿਕ ਨੂੰ ਜਾਮ ਕਰ ਦੇਣਾ, ਕਦੇ ਪਾਸ਼ ਆਖਦਾ ਸੀ, ਪਰ ਕੀ ਫਰਕ ਪੈਂਦਾ? ਮੈਂ ਜਾਊਂਗਾ ਇਸ, ਹਾਲਾਂਕਿ ਇੱਕ ਕਨਸੋ ਇਹ ਵੀ ਮਿਲਦੀ ਰਹੀ ਕਿ ਦਿੱਲੀ ਦਾ ਇੱਕ ਮੁਸ਼ਕਲ ਚ ਪਿਆ ਨੇਤਾ ਤੇ ਉਹਦੇ ਨਾਲ ਸੰਬੰਧਿਤ ਕੁਝ ਲੋਕਾਂ ਦੀ ਫਰਮ, ਚਲੋ ਆਪਾਂ ਹੁਣ ਇਹਨੂੰ ਕਦੇ ਛੱਡ ਲੈਂਦੇ ਹਾਂ ਅਗਲੇ ਮਾਮਲੇ ਲਈ। ਮੈਂ ਇੰਦਰਪ੍ਰੀਤ ਜੀ, ਇਹ ਦੁੱਖ ਨਾਲ, ਤਕਲੀਫ ਨਾਲ, ਡਾਢੇ ਕੰਸਰਨ ਨਾਲ ਇਹ ਮੈਂ ਗੱਲ ਕਹਿਣੀ ਚਾਹੁੰਦਾ, ਮੈਂ ਕਿੱਦਾਂ ਕਵਾਂ, ਮੈਨੂੰ ਸਮਝ ਨਹੀਂ ਆਉਂਦੀ। ਆਪਾਂ ਜਸ਼ਨ ਕਤਲਾਂ ਤੇ ਨਹੀਂ ਕਰ ਸਕਦੇ ਔਰ ਇਹ ਜਸ਼ਨ ਹੁਣੇ ਵੀ ਨਹੀਂ ਚਾਹੀਦੇ, ਪਰ ਕੀ ਹੈ ਇਹਦੇ ਚ ਕਿੰਨੀਆਂ ਕੁ ਅਸੀਂ ਮਿਸਾਲੀ ਸਜਾਵਾਂ ਦੇ ਪਾਏ ਹਾਂ ਗੈਂਗਸਟਰਸ ਨੂੰ? ਹੁਣ ਤੱਕ ਇਹ ਸਵਾਲ ਬਹੁਤ ਸਾਰੇ ਲੋਕ ਉਠਾ ਰਹੇ ਆ। ਫਿਰ ਇਹ ਗੋਲੀ ਦੀ ਗੋਲੀ ਨਾਲ ਤਸ਼ਬੀਹ, ਕਤਲ ਦੀ ਕਤਲ ਨਾਲ ਤਸ਼ਬੀਹ, ਇਹ ਮਾਮਲੇ ਮੰਨੇ ਤਾਂ ਜਾਂਦੇ ਆ, ਪਰ ਸਟੇਟ ਦੀ ਹਿਰਾਸਤ ਵਿੱਚ, ਸਟੇਟ ਦੇ ਸੁਰੱਖਿਆ, ਇਹ ਕਤਲ ਕਿੱਦਾਂ ਜਾਇਜ਼ ਠਹਿਰਾਓਗੇ? ਬਿਲਕੁਲ ਗਲਤ ਹੋਇਆ, ਮੂਸੇਵਾਲੇ ਦੇ ਕਾਤਲ ਆਪਣੇ ਅੰਜਾਮ ਤੱਕ ਜਾਣੇ ਚਾਹੀਦੇ, ਅਸੀਂ 100% ਸਹਿਮਤ ਹਾਂ, ਪਰ ਜੇਲ੍ਹ ਦੇ ਵਿੱਚ ਕਤਲਾਂ ਨੂੰ ਕਿਹਦੀ ਜ਼ਿੰਮੇਵਾਰੀ ਦੇ ਵਿੱਚ ਰੱਖੋਗੇ? ਕਿਸ ਤਰ੍ਹਾਂ ਦੇ ਨਜ਼ਰੀਏ ਨਾਲ ਅੰਕੋਗੇ? ਮੇਰੇ ਕੋਲ ਤਾਂ ਲਫ਼ਜ਼ ਹੀ ਹੈ ਨਹੀਂ। ਇਹਦੇ 'ਚ ਮਨ ਇੰਨਾ ਕੁ ਆਵਾਜ਼ਾਰ ਹੋਇਆ ਕੱਲ੍ਹ ਕਿ ਕਿਸੇ ਨੇ ਇਸ ਮਾਮਲੇ ਨੂੰ ਏਡੇ ਵੱਡੇ ਤਰੀਕੇ ਨਾਲ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਅਦਨੇ ਜੇ ਯਤਨ ਵੀ ਹੋਣ, ਘੱਟੋ ਘੱਟ ਲੋਕਾਂ ਦੇ ਅੰਦਰ ਇਸ ਤਰ੍ਹਾਂ ਦਾ ਕੰਸਰਨ ਆਵੇ ਤਾਂ ਸਹੀ, ਜਿਉਂਦੇ ਹੋਣ ਦਾ ਕੋਈ ਤਾਂ ਸਬੂਤ ਦਈਏ। ਇਹ ਅੱਗ, ਇਹ ਸੇਕ, ਇਹ ਤੁਹਾਡੇ ਤੱਕ ਪੁੱਜਦਾ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਢੁਕਵੀਆਂ ਨੇ ਉਹ ਲਾਈਨਾਂ ਕਿ ਜੇ ਲੱਗੀ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਪਾਤਰ ਸਾਹਿਬ ਦੇ ਇਹ ਸਤਰਾਂ ਇੱਥੇ ਢੁਕਦੀਆਂ ਨੇ, ਕੀ ਕਹਿੰਦੇ ਹੋ? ਰੰਧਾਵਾ ਸਾਹਿਬ ਦੇਖੋ, ਜੇ ਕੀ ਇਹਨੂੰ ਸੰਯੋਗ ਮੰਨਿਆ ਜਾਏ ਕਿ ਇਹ ਸੱਚੀ ਮੁੱਚੀ ਇਹਦੇ ਪਿੱਛੇ ਕੋਈ ਸਾਜਿਸ਼ ਹੈ, ਕਿਉਂਕਿ ਹਰ ਵਾਰ ਜਦੋਂ ਵੀ ਕੋਈ ਬਹੁਤ ਅਹਿਮ ਕੇਸ ਹੁੰਦੇ ਨੇ, ਜਿਹੜੇ ਬਹੁਤ ਜਿਨ੍ਹਾਂ ਤੇ ਬੜੀ ਸਿਆਸਤ ਹੋ ਰਹੀ ਹੁੰਦੀ ਹੈ, ਉਹ ਕੇਸਾਂ ਦੇ ਜਿਹੜੇ ਮੁੱਖ ਆਰੋਪੀ ਹੈ ਉਹ ਅਗਰ ਇਸ ਤਰ੍ਹਾਂ ਮਾਰੇ ਜਾਣਗੇ ਤਾਂ ਮੈਨੂੰ ਲੱਗਦਾ ਕਿ ਸਾਜਿਸ਼ ਦੀ ਕਿਤੇ ਨਾ ਕਿਤੇ ਸਮੈਲ ਤਾਂ ਤੁਹਾਨੂੰ ਆਏਗੀ ਹੀ। ਦੇਖੋ ਇਹ ਪਹਿਲਾ ਮਾਮਲਾ ਨਹੀਂ ਹੈ, ਮਤਲਬ ਇਸ ਤੋਂ ਪਹਿਲਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਵਿੱਚ ਆਰੋਪਿਤ ਇੱਕ ਸੀਗਾ ਮਹਿੰਦਰਪਾਲ ਸਿੰਘ ਬਿੱਟੂ, ਉਹਦਾ ਵੀ ਨਾਭੇ ਦੇ ਵਿੱਚ ਏਦਾਂ ਹੀ ਕਤਲ ਹੋਇਆ ਸੀ। ਹੁਣ ਇਹ ਦੂਸਰਾ ਮਤਲਬ ਜਿਹੜਾ ਅਹਿਮ ਮਾਮਲਾ ਜਿਹਦੇ ਤੇ ਸਰਕਾਰ ਬੜੀ ਘਿਰੀ ਹੋਈ ਹੈ, ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਨੇ ਜਾਂ ਕਤਲ ਦੇ ਵਿੱਚ ਸ਼ਾਮਲ ਨੇ ਲੋਕ, ਉਹਨਾਂ ਦੀ ਆਪਸੀ ਗੈਂਗ ਵਾਰ ਨਾਲ ਦੋ ਬੰਦਿਆਂ ਦਾ ਮਰ ਜਾਣਾ ਔਰ ਤਿੰਨ ਬੰਦਿਆਂ ਦਾ ਜ਼ਖਮੀ ਹੋ ਜਾਣਾ, ਇਹ ਵੀ ਕਿਤੇ ਨਾ ਕਿਤੇ ਸਾਜਿਸ਼ ਦੀ ਬੂ ਜ਼ਰੂਰ ਦੇ ਰਿਹਾ ਹੈ। ਮੈਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਗੋਇੰਦਵਾਲ ਵਰਗੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਹੁੰਦਾ ਹੈ ਜਾਂ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਏਦਾਂ ਦਾ ਹੋ ਰਿਹਾ ਹੈ, ਤਾਂ ਇਹ ਫਿਰ ਮੰਨਣ ਯੋਗ ਨਹੀਂ ਹੈ ਵੀ ਇਹ ਇੱਕ ਇੱਕ ਸਿਰਫ ਸੰਯੋਗ ਹੈ। ਮੈਨੂੰ ਇਹਦੇ ਤੇ ਕਿਤੇ ਨਾ ਕਿਤੇ ਕੋਈ ਸਾਜਿਸ਼ ਨਜ਼ਰ ਆ ਰਹੀ ਹੈ। ਇਹ ਸਾਜਿਸ਼ ਦਾ ਪਰਦਾ ਤਾਂ ਹੁਣ ਜਾਂਚ, ਕੋਈ ਨਿਸ਼ਪਕਸ਼ ਜਾਂਚ ਜੇ ਹੋਏਗੀ ਤਾਂ ਹੀ ਨਿਕਲ ਸਕਦਾ, ਪਰ ਮੈਂ ਇਹ ਮੰਨਣ ਲਈ ਤਿਆਰ ਨਹੀਂ ਕਿ ਇਹ ਇੱਕ ਸਿਰਫ ਗੈਂਗ ਵਾਰ ਹੈ ਤੇ ਗੈਂਗ ਵਾਰ ਦੇ ਵਿੱਚ ਦੋ ਬੰਦੇ ਮਾਰੇ ਗਏ ਔਰ ਤਿੰਨ ਬੰਦੇ ਜ਼ਖਮੀ ਹੋ ਗਏ, ਇਹਦੇ ਵਿੱਚ ਕਹਾਣੀ ਕੋਈ ਵੱਡੀ ਨਿਕਲੇਗੀ ਅਗਰ ਇਹਦੀ ਕੋਈ ਨਿਰਪੱਖ ਜਾਂਚ ਕੀਤੀ ਜਾਏ ਤਾਂ। ਜਦੋਂ ਮਹਿੰਦਰਪਾਲ ਬਿੱਟੂ ਦਾ ਕਤਲ ਹੁੰਦਾ ਹੈ ਤਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਕੀ ਉਹ ਕੋਈ ਬਹੁਤ ਵੱਡੇ ਖੁਲਾਸੇ ਕਰਨ ਵਾਲਾ ਸੀ? ਮਹਿੰਦਰਪਾਲ ਬਿੱਟੂ ਇਸ ਮਾਮਲੇ 'ਚ ਕੋਈ ਕੜੀ ਸੀ ਜਿਹੜਾ ਕਿਤੇ ਬਹੁਤ ਉੱਪਰ ਤੱਕ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਸੀ? ਇਹ ਸਵਾਲ ਅਜੇ ਤੱਕ ਐਡਰੈਸ ਨਹੀਂ ਹੋਇਆ, ਜਾਂਚ ਹੀ ਨਹੀਂ ਹੋਈ, ਔਰ ਇਹ ਉਹਨਾਂ ਘੇਰਿਆਂ 'ਚੋਂ ਵੀ ਸਵਾਲ ਉੱਠਦਾ ਰਿਹਾ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਦੇ ਕਰੀਬੀ ਸੀਗੇ। ਇਹ ਉਹਨਾਂ ਦੀ ਆਪਸੀ ਕਨਵਰਸੇਸ਼ਨ ਵੀ ਸੀਗੀ ਤਤਕਾਲੀ DGP ਤੇ ਬਾਕੀ ਸਾਰੇ ਕੁਝ ਸਮਾਂ ਪਹਿਲਾਂ ਸੁਰੱਖਿਆ ਨੂੰ ਲੈ ਕੇ। ਹੁਣ ਇਹਨਾਂ ਗੱਲਾਂ ਦੇ ਜਵਾਬ ਕੌਣ ਦਊਗਾ ਅੱਜ ਦੇ ਦਿਨ 'ਚ? ਤੇ ਇਹ ਜਿਹੜੇ ਕਤਲ ਹੋਏ ਆ, ਹੋ ਸਕਦਾ ਕਿ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਤੇ ਉਹਨਾਂ ਦੇ ਪੇਰੈਂਟ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਵੇ ਕਿ ਚਲੋ ਜਿਨ੍ਹਾਂ ਨੇ ਸਾਡਾ ਪੁੱਤ ਮਾਰਿਆ ਉਹ ਵੀ ਮਰ ਗਏ, ਪਰ ਇਹ ਵਰਤਾਰਾ ਏਡਾ ਸਹਿਜ ਨਹੀਂ। ਕੀ ਕੋਈ ਬਹੁਤ ਵੱਡੇ ਕਲੂ, ਕੋਈ ਬਹੁਤ ਵੱਡੀ ਐਵੀਡੈਂਸ ਅਸੀਂ ਖੋਤੀ? ਇਹ ਸਵਾਲ ਬਹੁਤ ਵੱਡਾ ਹੈ ਕਿ ਇਹਨਾਂ ਬੰਦਿਆਂ ਦੇ ਮਰਨ ਤੋਂ ਬਾਅਦ ਇਸ ਕੇਸ ਦਾ
अपने लॉजिकल एंड तक जाना होर औखा हो गया। ये सवाल बड़े ने, गल ये नहीं कि गोली किने चलाई, हथियार किहदे कोल सी, उन्हों वरत्या किन्ने, ये सवाल एड्रैस जिन्ना चिर नहीं होणगे। भास्कर साहब कुछ कहना चाह रहे सी मेरे ख्याल। रंधावा जी, सब तो वड्डी गल हैगी है कि जेलां दी सिक्योरिटी नूं लै के कोर्टां दे हाई कोर्ट दे अंदर भी कई सवाल उठे सी पिछले दिनां दे विच कि जेलां दी सिक्योरिटी नूं लै के कित्थे कित्थे तुसीं जैमर लाए। उस गल दा जवाब सरकार साडी नहीं दे पाई सी और कोर्ट दी इक टिप्पणी इदां दी भी आई सी, क्यों ना इह जेलां दा सारी सुरक्षा दा प्रबंध केंद्र सरकार नूं दे दित्ता जाए। पर 5 महीने दे विच पंजवी वार हैगा जद जेलां दे विच पंजाब दी गैंगवार होया। और इस गैंगवार की गल करिए जग्गू भगवानपुरी आ जिहड़ा पंजाब दा एक वड्डा गैंगस्टर हैगा ते लारेंस बिश्नोई, इह दोनों दे विच इह गैंगवार दा नतीजा है कि क्योंकि मनदीप जिहड़ा मनदीप सिंह उर्फ तूफान इह दूजा जिहड़ा मास्टर साहब इह जिम्मेवारी लैण दा ते पहलियां अपुष्ट खबरां दा ही है कि दोवां दी गैंगवार है। अजे तक फाइनल हरफे दे ते आया जो तुसीं अखबारी रिपोर्टां ने मेरे खिआल उहदा जिक्र करिआ। अखबारी रिपोर्टां दे हिसाब नाल जो कुछ सानूं पता लग्गिआ उहदे हिसाब नाल इह गोल्डी बराड़ ने इहनां दोनों कतल दी जिम्मेवारी लिती है और उहनां ने इह कहा कि इहनां नूं इस करके मारिआ क्योंकि जग्गू भगवानपुरिया दे इह बंदे सीगे और इहनां ने ही जगरूप रूपा ते मन्नू जिहड़ा अमृतसर दे कोल एनकाउंटर होइआ सीगा दो गैंगस्टर्स दा, उह इहनां दी पुछगिछ दे विच इहनां ने ही उह पता दित्ता सी किथे उह छुपे होए ने ते इस करके इहनूं मारिआ। हुण जग्गू भगवानपुरिया उहनां दे भी कथित तौर ते इह बयान आया है कि हुण कतल दा बदला कतल, यानी अगे चल के इह गैंगवार वध सकदी है। और 3 दिन पहले इहनां दा आपस दे विच गोविंदवाल जेल दे विच झगड़ा भी होया सीगा और इह गल सुपरिटेंडेंट ऑफ जेल हरीश कुमार मन भी रहे ने, पर फिर भी इस तरह का की होया कि उहनां दे कोल रोड्स और इन्ने खतरनाक हथियार उस वक्त आ गए ने जद इस झगड़े की खबर सुपरिटेंडेंट नूं पहले भी सी। इहदे पिछे एक वड्डी साजिश हो सकती है, हुण उस साजिश दे वास्ते इन्वेस्टिगेशन करनी पेगी। इन्वेस्टिगेशन कौन करेगी, जेल की पुलिस या फिर पंजाब की पुलिस? लगता है कि यह जिहड़ा गैंगवार है वह हुण आने वाले टाइम विच होर वड्डे स्तर ते देखा जा सकता। डीजीपी साहब जदों एक दिन पहला अजनाले वाले मामले च प्रेस कॉन्फ्रेंस चंडीगढ़ च कर रहे सी तां पत्रकारां दा बहुत शोर सी, इन्ने सवाल सी उह बेचैन हो गए। डीजीपी साहब की बेचैनी समझी जा सकती ही क्योंकि ये सवाल बहुत उठ रहे सी, लोगों वालों उठ रहे, सोशल मीडिया से उठ रहे, विरोधी धिरां उठा रही सीगियां। लेकिन डीजीपी साहब ने एक दावा किया सी कि असी समर्थ है, साड़ी पुलिस फोर्स पूरी समर्थ आ। तुसीं देखो एक दिन दो दिन पहला असी बस्सी पठाणा दे विच उह गैंगस्टर ढेर किए ने, उन्होंने अपने आप नूं जस्टिफाई किया। पर डीजीपी साहब हुण इस मामले च इस गल दे विच उन्हां दा फिर कुछ कहना बनता है। सुरक्षा दे लिहाज नाल जेल दे विच इन्ने हथियार जाने, भावें उह मारू नहीं मन्ने जांदे होणगे पर उन्हां नाल कतल होए ने जेल दे विच, ना एलियत दा इह नंगा नाच, जिम्मेवारी किहदी फिक्स करोगे? कि जेलां दे डीजीपी इहदे उत्ते कुछ कहणगे? कि इस तरीके नाल तुसीं तसव्वुर कर सकने हो कि ਤੁਸੀਂ ਇੰਨਾ ਅਮਲਾ, ਕਿਉਂਕਿ ਜੇਲ੍ਹਾਂ ਦੇ ਵਿੱਚ ਜਿੰਨੀ ਕੁ ਨਫਰੀ ਹੁੰਦੀ ਆ ਉਹਨਾਂ ਦਾ ਇੱਕ ਸਮਾਤੋਲ ਤਾਂ ਰਹਿੰਦਾ ਹੀ ਆ ਕਿ ਇੰਨੇ ਕੁ ਇੱਥੇ ਕੈਦੀ, ਇੰਨੀ ਕੁ ਪੁਲਿਸ ਦੀ ਨਫਰੀ, ਉਹਨਾਂ ਦੀਆਂ ਡਿਊਟੀਜ਼, ਘੱਟੋ ਘੱਟ ਇਹਨੇ ਕੰਬਾ ਦਿੱਤਾ ਕਿ ਤੁਹਾਡੇ ਇੱਕ ਚਾਰ ਦੀਵਾਰੀ ਦੇ ਵਿੱਚ, ਭਾਵੇਂ ਉਹ 10 ਏਕੜਾਂ 'ਚ ਹੈ, 2 ਏਕੜਾਂ 'ਚ ਹੈ, 5 ਜੇਲ੍ਹ, ਤੁਹਾਡੇ ਪੂਰੇ ਸੁਰੱਖਿਆ ਸੀਸੀਟੀਵੀ ਕੈਮਰੇਜ ਤੋਂ ਲੈ ਕੇ ਤੁਹਾਡੇ ਚੱਪੇ ਚੱਪੇ ਤੇ ਨਿਗਰਾਨੀ 'ਚ ਜੇ ਕਤਲ ਹੋ ਰਿਹਾ, ਜੇ ਉੱਥੇ ਇੰਨਾ ਹੜਦੰਗ ਹੋ ਰਿਹਾ, ਇਹਦਾ ਮਤਲਬ ਹੈ ਕਿ ਇਹਦੇ ਉੱਤੇ ਬਹੁਤ ਡੂੰਘਾਈ ਨਾਲ ਜਾਂਚ ਦੀ ਲੋੜ ਆ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਪੁਲਿਸ ਤੋਂ ਉੱਠੇ ਇਸ ਤੋਂ ਪਹਿਲਾਂ ਤੁਹਾਨੂੰ ਆਊਟ ਪਾਊਟ ਕਰਨੇ ਪੈਣਗੇ, ਤੁਹਾਨੂੰ ਜਵਾਬ ਦੇਣੇ ਪੈਣਗੇ। ਅਦਰਵਾਈਜ਼ ਲੋਕ ਕਚਹਿਰੀ ਦੇ ਵਿੱਚ ਜਿਵੇਂ ਪਹਿਲੇ ਰੱਦ ਕਰਤੇ ਗਏ, ਤੁਸੀਂ ਵੀ ਰੱਦ ਕਰਤੇ ਜਾਓਗੇ। ਮੰਨ ਕੇ ਚੱਲੋ 24 ਬਹੁਤ ਨੇੜੇ ਆ, ਉਸ ਤੋਂ ਪਹਿਲਾਂ ਜਲੰਧਰ ਦੀ ਚੋਣ ਬਹੁਤ ਨੇੜੇ ਆ, ਤੁਹਾਨੂੰ ਸਾਹਮਣੇ ਲੀਡ ਕਰਨਾ ਪਏਗਾ। ਜੇ ਤੁਸੀਂ ਲੀਡ ਨਹੀਂ ਕਰੋਗੇ ਤਾਂ ਇਹਦੀ ਜ਼ਿੰਮੇਵਾਰੀ ਵੀ ਤੁਹਾਡੇ ਸਿਰ ਹੋਏਗੀ। ਮੈਂ ਇੰਦਰਪ੍ਰੀਤ ਜੀ, ਦੋ ਮਾਮਲੇ, ਬਹਿਬਲ ਕਲਾਂ ਮੋਰਚਾ ਤੇ ਨਾਲ ਦੀ ਨਾਲ ਕੌਮੀ ਇਨਸਾਫ਼ ਮੋਰਚਾ ਮੋਹਾਲੀ ਵਾਲਾ, ਇਹਨਾਂ ਦੋਨਾਂ ਨੂੰ ਕਲੱਬ ਕਰ ਦਿਓ। ਪਹਿਲਾਂ ਮੈਂ ਮੋਹਾਲੀ ਵਾਲੇ ਮੋਰਚੇ ਦੇ ਉੱਠ ਜਾਣ ਦੀ ਕਨਸੋਹ ਤੁਹਾਡੇ ਤੋਂ ਲੈਣਾ ਚਾਹੁੰਦਾ। ਜਿਹੜੀ ਪ੍ਰਸ਼ਾਸਨ ਨਾਲ ਮੰਤਰੀ ਨਾਲ ਮੀਟਿੰਗ ਹੋਈ ਆ ਉਹਦੇ 'ਚ ਕਾਫ਼ੀ ਸਕਾਰਾਤਮਕਤਾ ਦਿਖਾਈ ਗਈ ਹੈ, ਕਾਫ਼ੀ ਮੋਰਚੇ ਵਾਲੇ ਪੋਜ਼ਿਟਿਵਿਟੀ ਦਿਖਾ ਰਹੇ ਆ ਕਿ ਅੱਜ ਦੇਰ ਸ਼ਾਮ ਤੱਕ ਮੋਰਚੇ ਦੇ ਉੱਠ ਜਾਣ ਦੀ ਉਮੀਦ ਹੋ ਸਕਦੀ ਹੈ, ਕੋਈ ਸਹਿਮਤੀ ਬਣ ਗਈ ਹੈ, ਇਹਦੇ ਉੱਤੇ ਗੱਲ ਕਰ ਦਿਓ। ਜਿਹੜੀ ਕੌਮੀ ਇਨਸਾਫ਼ ਮੋਰਚੇ ਦੀ ਕੱਲ੍ਹ ਹਰਪਾਲ ਚੀਮਾ ਹੋਰਾਂ ਨਾਲ ਮੀਟਿੰਗ ਹੋਈ ਆ, ਉਹਦੇ ਵਿੱਚ ਕਈ ਆਫਿਸਰਸ ਵੀ ਸ਼ਾਮਿਲ ਸੀਗੇ, ਪੁਲਿਸ ਦੇ ਵੱਡੇ ਅਧਿਕਾਰੀ ਅਰਪਿਤ ਸ਼ੁਕਲਾ ਔਰ ਇਹ ਸਾਰੇ ਸ਼ਾਮਿਲ ਸੀ। ਤੇ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਮੰਗਾਂ ਰੱਖੀਆਂ ਸੀਗੀਆਂ
ਉਹਦੇ ਤੇ ਹਰਪਾਲ ਚੀਮਾ ਹੋਣਾ ਨੇ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਸੀ ਵੀ ਜਿਹੜੀਆਂ ਸਾਡੇ ਮੁਤਲਕ ਹੈਗੀਆਂ ਅਸੀਂ ਉਹ ਤਾਂ ਜ਼ਰੂਰ ਪੂਰੀਆਂ ਕਰ ਦਾਂਗੇ, ਵੈਸੇ ਸਾਡੇ ਮੁਤਲਕ ਕੋਈ ਹੈ ਨਹੀਂ ਹੈ, ਪਰ ਜਿਹੜੀਆਂ ਦੂਜੀਆਂ ਨੇ ਜਿਸ ਤੇ ਸਾਡਾ ਕੋਈ ਮਤਲਬ ਰੋਲ ਨਹੀਂ ਹੈ, ਕੋ ਸਪੋਜ਼ ਕੋਈ ਬੰਦਾ ਕਰਨਾਟਕ ਦੀ ਜੇਲ੍ਹ 'ਚ ਬੰਦ ਹੈ, ਕੋਈ ਮੁਜ਼ੱਫਰਾਬਾਦ ਦੀ ਜੇਲ੍ਹ 'ਚ ਬੰਦ ਹੈ, ਤੇ ਉਹਦੇ ਤੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਅਸੀਂ ਤਾਂ ਸਿਰਫ ਸੈਂਟਰ ਗਵਰਨਮੈਂਟ ਨੂੰ ਜਾਂ ਸੰਬੰਧਿਤ ਸਟੇਟ ਗਵਰਨਮੈਂਟ ਨੂੰ ਲਿਖ ਸਕਦੇ ਹਾਂ, ਉਹ ਅਸੀਂ ਜ਼ਰੂਰ ਕਰ ਦਾਂਗੇ, ਪਹਿਲਾਂ ਵੀ ਲਿਖਿਆ ਜਾ ਚੁੱਕਿਆ, ਦੁਬਾਰਾ ਫਿਰ ਲਿਖ ਦਾਂਗੇ ਤੇ ਪੁਰਜ਼ੋਰ ਨਾਲ ਉਹਨੂੰ ਉਹ ਵੀ ਕਰ ਦਾਂਗੇ। ਲੇਕਿਨ ਇਹਦੇ 'ਚ ਇੱਕ ਸੀ ਕਿ ਜਗਤਾਰ ਹਵਾਰਾ ਹੋਰਾਂ ਨੂੰ ਚੰਡੀਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ, ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਹੈ, ਤੇ ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜੋਰ ਥੋੜਾ ਲਗਾ ਸਕਦੀ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕਰਤਾ ਜਾਏ। ਸੋ ਇੱਕ ਤਾਂ ਇਹ ਉਹਨਾਂ ਦੀ ਉੱਥੇ ਸਹਿਮਤੀ ਹੋ ਗਈ ਹੈ, ਪਰ ਹਜੇ ਕਿਉਂਕਿ ਉਹ ਕਹਿ ਰਹੇ ਕਿ ਅਸੀਂ ਸਾਨੂੰ ਲਿਖਿਤ 'ਚ ਨਹੀਂ ਦਿੱਤਾ, ਇਹ ਲਿਖਿਤ 'ਚ ਦਿਓ ਫਿਰ ਅਸੀਂ ਮੰਨਾਂਗੇ। ਪਰ ਮੈਨੂੰ ਲੱਗਦਾ ਕਿ ਇਹ ਪੋਜ਼ਿਟਿਵਿਟੀ ਵੱਲ ਤਾਂ ਗੱਲ ਵੱਧ ਰਹੀ ਹੈ, ਕਿਉਂਕਿ ਗੱਲ ਕੋਈ ਵੀ ਮਸਲਾ ਹੱਲ ਤਾਂ ਟੇਬਲ ਦੇ ਉੱਤੇ ਹੀ ਹੁੰਦਾ, ਮੋਰਚਿਆਂ ਨਾਲ ਤਾਂ ਸਿਰਫ ਇੱਕ ਦਬਾਅ ਬਣਦਾ। ਜੀ ਤੇ ਦੂਸਰੀ ਜਿਹੜੀ ਤੁਸੀਂ ਕਹੀ ਬਾਈਬਲ ਕਲਾਂ ਵਾਲੀ, ਬਾਈਬਲ ਕਲਾਂ ਵਾਲਾ ਤਾਂ ਦੇਖੋ 14 ਮਹੀਨਿਆਂ ਤੋਂ ਲੱਗਿਆ ਹੋਇਆ, ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਕਿ ਬਾਦਲ ਪਰਿਵਾਰ ਦੇ ਖਿਲਾਫ ਕੋਈ ਐਕਸ਼ਨ ਲਿਆ ਜਾ ਰਿਹਾ ਕਿ ਨਹੀਂ ਲਿਆ ਜਾ ਰਿਹਾ। ਹੁਣ ਉਹਨਾਂ ਜਦੋਂ ਉਹਨਾਂ ਨੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਹੈ ਉਹ 'ਚ ਬਾਦਲ ਪਰਿਵਾਰ ਦਾ ਵੀ ਨਾਮ ਹੈ, ਉਹ ਮੇਨ ਸਾਜਿਸ਼ਕਰਤਾ ਦੇ ਤੌਰ ਤੇ ਵੀ ਸ਼ਾਮਿਲ ਉਹਨਾਂ ਨੂੰ ਕੀਤਾ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਮੇਨ ਡਿਮਾਂਡ ਹੁਣ ਪੂਰੀ ਹੋ ਗਈ ਹੈ, ਤਾਂ ਬਾਕੀ ਫੈਸਲਾ ਕੋਰਟਾਂ ਨੇ ਕਰਨਾ ਹੈ, ਉਹ ਕਾਨੂੰਨੀ ਲੜਾਈ ਹੈ, ਉਹ ਕਿੰਨਾ ਲੰਬਾ ਚੱਲੇਗਾ ਇਹ ਬਾਅਦ 'ਚ ਦੇਖਣਾ ਹੈ, ਲੇਕਿਨ ਉਹਨਾਂ ਦੀ ਜਿਹੜੀ ਡਿਮਾਂਡ ਸੀ ਉਹ ਪੂਰੀ ਹੋ ਗਈ ਹੈ, ਤਾਂ ਮੈਨੂੰ ਲੱਗਦਾ ਕਿ ਉਹ ਤਾਂ ਅੱਜ ਆਪਣਾ ਮੋਰਚਾ ਸਮਾਪਤ ਕਰ ਦੇਣਗੇ। ਉਹਨਾਂ ਨੇ ਇੱਕ ਇੱਕ ਪਲਾਨ ਆਪਣਾ ਕੀਤਾ ਹੈ, ਜਾਰੀ ਕੀਤਾ, ਜਿਹਦੇ 'ਚ ਉਹ ਦਰਬਾਰ ਸਾਹਿਬ ਆਉਣਗੇ 6 ਤਰੀਕ ਮੋਸਟ ਪ੍ਰੋਬਬਲੀ ਉਹਨਾਂ ਨੇ ਰੱਖੀ ਆ ਉਹਨੂੰ ਉਠਾਉਣ ਦੀ। ਖੈਰ ਇਹ ਸਾਰੇ ਮਾਮਲੇ, ਇੱਕ ਤੁਸੀਂ ਗੱਲ ਜਿਹੜੀ ਜਾਂਦੇ ਹੋਏ ਕੀਤੀ ਆ ਲਾਸਟ ਵਿੱਚ ਕਿ ਉਹਨਾਂ ਦੀ ਮੰਗ ਸੀ ਬਾਦਲ ਪਰਿਵਾਰ ਨੂੰ ਲੈ ਕੇ, ਮੈਨੂੰ ਲੱਗਦਾ ਇਹੀ ਜੇ ਪਲੀ, ਕਿਉਂਕਿ ਜੇ ਇਹੀ ਪਲੀ ਆ ਉਹਨਾਂ ਨੂੰ ਨਾਮਜ਼ਦ ਕਰਨ ਲਈ, ਤਾਂ ਫਿਰ ਤਾਂ ਹਾਈਕੋਰਟ ਦੇ ਵਿੱਚ ਜਾਂਦਿਆਂ ਇਹ ਸਾਰੀ ਦੀ ਸਾਰੀ ਉੱਡ ਜਾਊਗੀ ਕਿ ਇਹੀ ਮੰਗ ਸੀ ਸਰਕਾਰ ਨੇ ਦਬਾਅ ਕੀਤਾ। ਪਰ ਜੇ ਇਹਦੇ ਨਾਲ ਪੁਖਤਾ ਸਬੂਤ ਨੇ ਤਾਂ ਫਿਰ ਇਹਦੇ ਤੇ ਅੱਗੇ ਬਹੁਤ ਜ਼ਿਆਦਾ ਕਾਨੂੰਨੀ ਲੜਾਈ ਲੜੀ ਜਾਊਗੀ। ਭਾਸਕਰ ਸਾਹਿਬ, ਲਾਸਟ ਮੈਂ ਸ਼ਬਦ ਤੁਹਾਡੇ ਤੋਂ ਲੈਣੇ ਨੇ, ਮੁੱਖ ਮੰਤਰੀ ਸਾਹਿਬ ਕਾਨੂੰਨ ਵਿਵਸਥਾ ਨੂੰ ਲੈ ਕੇ ਕੁਝ ਕਹਿ ਰਹੇ ਸੀ, ਖਾਲਿਸਤਾਨ ਨੂੰ ਲੈ ਕੇ ਕੁਝ ਕਹਿ ਰਹੇ ਸੀਗੇ, ਕਹਿ ਗੁਜਰਾਤ ਵਿੱਚ ਆ ਕੇ ਰਹੇ ਸੀ, ਪਰ ਉਸ ਤੋਂ ਪਹਿਲਾਂ ਡੀਜੀਪੀ ਸਾਹਿਬ ਨੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਜਿਹੜੇ ਉਹਨਾਂ ਦੇ ਡੀਜੀਪੀ ਨੇ ਤੇ ਏਡੀਜੀਪੀ ਨੇ, ਸਾਰੇ ਸਪੈਸ਼ਲ ਡੀਜੀਪੀ ਤੇ ਏਡੀਜੀਪੀ ਜਿਹੜੇ ਨਵੇਂ ਹੁਣ ਬਣੇ ਨੇ, ਉਹ ਵੀ ਸਾਰੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਨੇ, ਆਈਜੀ ਰੈਂਕ ਦੇ ਅਧਿਕਾਰੀ ਵੀ ਨੇ, ਕੁਝ ਉਹਨਾਂ ਨੇ ਜ਼ਿਲ੍ਹੇ ਅਲਾਟ ਕਰਤੇ ਆ, ਜਿਵੇਂ ਇਹਨਾਂ ਨੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੂੰ ਸੀਪੀ ਲੁਧਿਆਣਾ ਦਾ ਨਾਲ ਕੰਮ ਦੇਖਣ ਲਈ ਕਹਿਤਾ ਹੈ, ਜਿਹੜਾ ਮੋਨੀਟਰ ਕਰਨਗੇ ਕਾਨੂੰਨ ਵਿਵਸਥਾ ਦੇ। ਇਹਦਾ ਮਤਲਬ ਹੁਣ ਦੋ ਦੋ ਅਧਿਕਾਰੀ ਹੋਣਗੇ, ਇੱਕ ਪੁਲਿਸ ਮੁਖੀ, ਇੱਕ ਨਾਲ ਉਹਨਾਂ ਦੇ ਡੀਜੀਪੀ ਪੱਧਰ ਦਾ। ਚਲੋ ਚੰਗੀ ਗੱਲ, ਇਹ ਬਹੁਤ ਅਹਿਮ ਆ ਕਿ ਚੰਡੀਗੜ੍ਹ 'ਚ ਬਹਿ ਕੇ ਮੋਨੀਟਰ ਕੀਤਾ ਜਾਊਗਾ, ਜਵਾਬਦੇਹੀ ਦਾ ਵਾਤਾਵਰਣ ਹੋਰ ਜ਼ਿਆਦਾ ਅੱਛੇ ਤਰੀਕੇ ਨਾਲ ਹੋਊਗਾ, ਪਰ ਰਿਜ਼ਲਟ ਆਉਣੇ ਚਾਹੀਦੇ। ਇਹਦੇ ਵਿੱਚ ਉਹਨਾਂ ਨੇ ਕਾਫੀ ਹੋਰ ਲੋਕਾਂ ਨੂੰ ਵੀ ਅੱਗੇ ਲਗਾਇਆ, ਜਿਵੇਂ ਈਸ਼ਵਰ ਸਿੰਘ ਨੂੰ ਪਟਿਆਲਾ ਲਾਇਆ, ਜਤਿੰਦਰ ਕੁਮਾਰ ਜੈਨ ਨੂੰ ਬਠਿੰਡਾ, ਐਸ ਕੇ ਅਸਥਾਨਾ ਨੂੰ ਫਤਿਹਗੜ੍ਹ ਸਾਹਿਬ, ਸ਼ਸ਼ੀ ਪ੍ਰਭਾ ਤ੍ਰਿਵੇਦੀ ਨੂੰ ਬਰਨਾਲਾ, ਏਡੀਜੀਪੀ ਕਾਨੂੰਨ ਵਿਵਸਥਾ ਹਰਪ੍ਰੀਤ ਸ਼ੁਕਲਾ ਨੂੰ SAS ਨਗਰ, ਏਡੀਜੀਪੀ ਡਾਕਟਰ ਨਰੇਸ਼ ਅਰੋੜਾ ਨੂੰ ਗੁਰਦਾਸਪੁਰ ਦਾ ਕੰਮ ਦੇਖਣ ਲਈ ਕਿਹਾ, SS ਸ਼੍ਰੀ ਵਾਸਤਵ ਨੂੰ ਮਲੇਰਕੋਟਲਾ ਜ਼ਿਲ੍ਹਾ ਅਲਾਟ ਕੀਤਾ ਗਿਆ। ਇਸੇ ਤਰ੍ਹਾਂ ਅਮਰਦੀਪ ਸਿੰਘ ਰਾਏ ਜਿਹੜੇ ਟ੍ਰੈਫਿਕ ਦੇਖ ਰਹੇ ਆ, ਉਹਨਾਂ ਨੂੰ ਹੁਸ਼ਿਆਰਪੁਰ, MS ਫਾਰੂਕੀ CP ਜਲੰਧਰ, ਨਗੇਸ਼ਵਰ ਰਾਓ CP ਅੰਮ੍ਰਿਤਸਰ, ਨੌਨਿਹਾਲ ਸਿੰਘ ਕਪੂਰਥਲਾ, ਅਰਨਪਾਲ ਸਿੰਘ ਲੁਧਿਆਣਾ ਦਿਹਾਤੀ, RK ਜੈਸਵਾਲ ਨੂੰ ਜਲੰਧਰ ਦਿਹਾਤੀ, ਗੁਰਿੰਦਰ ਸਿੰਘ ਢਿੱਲੋਂ ਨੂੰ ਖੰਨਾ, ਮੋਹਨੀਸ਼ ਚਾਵਲਾ ਨੂੰ ਅੰਮ੍ਰਿਤਸਰ ਗ੍ਰਾਮੀਣ ਦਿਹਾਤੀ ਜਿਹਨੂੰ ਕਹਿੰਦੇ, SPS ਪਰਮਾਰ ਨੂੰ ਮਾਨਸਾ, IG ਗੌਤਮ ਚੀਮਾ ਨੂੰ ਮੋਗਾ, ਮੁਖਵਿੰਦਰ ਸਿੰਘ ਛੀਨਾ ਨੂੰ ਸੰਗਰੂਰ, ਸ਼ਿਵੀ ਕੁਮਾਰ ਵਰਮਾ ਨੂੰ ਮੁਕਤਸਰ ਸਾਹਿਬ, ਕੌਸਤਵ ਸ਼ਰਮਾ ਨੂੰ SPS ਨਗਰ, ਗੁਰਸ਼ਰਨ ਸਿੰਘ ਸੰਧੂ ਨੂੰ ਤਰਨ ਤਾਰਨ, ਬਾਬੂ ਲਾਲ ਮੀਨਾ ਨੂੰ ਬਟਾਲਾ, ਬਲਜੋਤ ਸਿੰਘ ਰਠੌਰ ਨੂੰ ਪਠਾਨਕੋਟ, ਗੁਰਪ੍ਰੀਤ ਸਿੰਘ ਭੁੱਲਰ ਨੂੰ ਰੂਪਨਗਰ, DIG ਇੰਦਰ ਵੀਰ ਸਿੰਘ ਨੂੰ ਫਾਜ਼ਿਲਕਾ, ਰਕੇਸ਼ ਕੁਮਾਰ ਕੌਸ਼ਲ ਨੂੰ ਫਰੀਦਕੋਟ ਤੇ ਰਣਜੀਤ ਸਿੰਘ ਨੂੰ ਫਿਰੋਜ਼ਪੁਰ ਜ਼ਿਲ੍ਹਿਆਂ ਦਾ ਇੰਚਾਰਜ ਇਹਨਾਂ ਨੇ ਲਾਇਆ। ਇਹ ਆਪਣੀ ਜਿਹੜੀ ਐਕਸ਼ਨ ਟੇਕਨ ਰਿਪੋਰਟ ਆ ਇਹ DGP ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਦੇਣਗੇ। ਇਹ ਸਾਰੀਆਂ ਗੱਲਾਂ ਚੰਗੀਆਂ ਇਸ ਕਰਕੇ ਲੱਗ ਰਹੀਆਂ ਕਿਉਂਕਿ ਅਸੀਂ ਇਹਨਾਂ ਤੇ ਸਵਾਲ ਉਠਾ ਰਹੇ, ਜਾਂਦੇ ਜਾਂਦੇ ਕੋਈ 2 ਲਾਈਨਾਂ 'ਚ ਮੁੱਖ ਮੰਤਰੀ ਸਾਹਿਬ ਨੂੰ ਪ੍ਰਭਾਸ਼ਿਤ ਕਰ ਦਿਓ, ਗੁਜਰਾਤ 'ਚ ਬੋਲ ਰਹੇ ਸੀਗੇ। ਮੁੱਖ ਮੰਤਰੀ ਅਜਨਾਲਾ ਦੇ ਇੰਸੀਡੈਂਟ ਤੋਂ ਬਾਅਦ 48 ਘੰਟੇ ਉਸ ਮੁੱਦੇ ਤੇ ਬਿਲਕੁਲ ਨਹੀਂ ਬੋਲੇ। ਕੱਲ ਗਏ ਹੋਏ ਸੀ ਗੁਜਰਾਤ ਦੇ ਭਾਵਨਗਰ, ਉੱਥੇ ਇਸ ਮੁੱਦੇ ਤੇ ਬੋਲਦੇ ਨਜ਼ਰ ਆਏ ਅੰਮ੍ਰਿਤਪਾਲ। ਉਹਨਾਂ ਦੇ ਬਾਰੇ 'ਚ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹਦੀ ਫੰਡਿੰਗ ਸਾਰੀ ਪਾਕਿਸਤਾਨ ਤੋਂ ਹੈਗੀ ਹੈ, ਔਰ ਇੱਦਾਂ ਦੇ ਜਿਹੜੇ ਹਾਰਡ ਲਾਈਨਰ ਹੈਗੇ ਨੇ, ਖਾਲਿਸਤਾਨੀ ਸਮਰਥਕ ਹੈਗੇ ਨੇ, 1000 ਕੁ ਹੈਗੇ ਨੇ ਪੰਜਾਬ ਦੇ ਵਿੱਚ। ਉਹਦੇ ਨਾਲ ਇਹ ਨਾ ਸਮਝਿਆ ਜਾਏ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਗਿਆ। ਪੰਜਾਬ ਦੇ ਵਿੱਚ ਮੈਜੋਰਿਟੀ ਕਹਿ ਲਓ ਜਾਂ ਆਮ ਜਨਤਾ ਕਹਿ ਲਓ, ਉਹ ਖਾਲਿਸਤਾਨੀ ਸਮਰਥਕ ਨਹੀਂ ਹੈ।
इस गल का उन्होंने उस प्रेस कॉन्फ्रेंस के जिक्र तो किया, जिस प्रेस कॉन्फ्रेंस के उन्होंने यह भी गल कही कि बहुत सारे सूबों के राजभवन हुण बीजेपी के हैडक्वाटर बन गए हैं। वो जिक्र कर रहे थे जिहड़ा उन्हां दा विवाद पंजाब के गवर्नर नाल चल रहा है। हुण सुरक्षा नूं लैके डीजीपी ने कई फैसले लिखते, धरने प्रदर्शन की इजाजत हुण एडीजीपी देणगे। यही कारण है कि एडीजीपी नूं कई जिलों का इंचार्ज भी बनाता, क्योंकि हुण पुलिस कमिश्नर या एसएसपी किसी भी धरने प्रदर्शन की परमिशन देने दे कामयाब नहीं हो वह नहीं दे सकते, बल्कि एडीजीपी रैंक का अफसर ही यह परमिशन देगा। आने वाले टाइम में धरने प्रदर्शन शायद नहीं लगनगे, पर इदा के ऑर्डर की अवहेलना आप पंजाब पुलिस करती रही है, क्योंकि बहुत सारी चीज़ों के जिस चीज़ की इजाजत कानून के हिसाब न नहीं होंगी, पर तुसी उना चीज़ा नू ही उना धरने प्रदर्शन दे विच देख दे हो, उदी इजाजत कोई देंदा नहीं, पर फिर भी इदा हुंदा है। इस गल नू भी पुलिस नू डट के देखना पएगा, पर बंदे लाते ने, अफसर लाते ने, किस तरीके नाल काम करते ने, और पंजाब दे विच लॉ एंड ऑर्डर सिचुएशन किस तरीके नाल हुण सुधरदी है, यह भी अगे चल के देखने वाली गल है। बहुत मेहरबान, बहुत धन्यवाद। धन्यवाद जी।